ਹਾਦਰ ਜੱਜ ਦਾ ਵਿਚਾਰ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਸਵਰਨ ਸਿੰਘ ਟੈਣਾ ਤੁਸੀਂ ਦੇਖ ਰਹੇ ਹੋ ਪ੍ਰਾਈਮ ਅਸ਼ਾ ਟੀਵੀ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਜੱਜ ਦਾ ਵਿਚਾਰ ਇੱਕ ਵਾਰ ਫੇਰ ਲੈ ਕੇ ਹਾਜ਼ਰ ਹਾਂ ਹਰ ਰੋਜ਼ ਦੀ ਤਰ੍ਹਾਂ ਹੀ ਹਰਮਨ ਸਿੰਘ ਜੀ ਨਾਲ ਨੇ ਇਹਨਾਂ ਦਾ ਕਰਨ ਦੇ ਸਵਾਗਤ ਤੇ ਫਿਰ ਕਰਾਂਗੇ ਅਗਲੀਆਂ ਗੱਲਾਂ ਬਾਤਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਟੈਣਾ ਸਾਹਿਬ ਕੀ ਹਾਲ ਚਾਲ ਬਹੁਤ ਵਧੀਆ ਚੜ੍ਹਦੀ ਕਲਾ ਕਿਵੇਂ ਚੱਲ ਰਹੀ ਹੈ ਜ਼ਿੰਦਗੀ ਜ਼ਿੰਦਗੀ ਜੰਦਾਬਾਦ ਆ ਹਰ ਰੋਜ਼ ਦੀ ਤਰ੍ਹਾਂ ਹੀ ਹੂੰ ਤੁਸੀਂ ਹਰ ਰੋਜ਼ ਪੁੱਛਦੇ ਹੋ ਮੈਂ ਹਰ ਰੋਜ਼ ਦੱਸਦਾ ਵੀ ਬਿਲਕੁਲ ਟਣਾ ਟਣਾ ਇਹ ਟਣਾ ਟਣ ਹੀ ਰਹਿਣੀ ਚਾਹੀਦੀ ਹੈ ਤੇ ਸਾਰਿਆਂ ਦੀ ਜ਼ਿੰਦਗੀ ਟਣਾ ਟਣ ਰਹੇ ਇਹਦੀ ਅਸੀਂ ਕਾਮਨਾ ਕਰਦੇ ਆ ਪਰ ਟਣਾ ਸਭ ਮੌਸਮ ਦਾ ਕੁਝ ਪਤਾ ਹੀ ਨਹੀਂ ਲੱਗ ਰਿਹਾ ਨਹੀਂ ਲੱਗਣਾ ਕਾ ਦਾ ਪਤਾ ਕਦੇ ਕੁਦਰਤ ਦਾ ਪਤਾ ਲੱਗਾ ਨਹੀਂ ਲੱਗਦਾ ਇਹ ਤਾਂ ਅੰਦਾਜ਼ੇ ਹੀ ਹੁੰਦੇ ਹਨ ਜੀ ਬੂੰਦਾ ਬਾਂਦੀ ਹੋਗੀ ਕੋਈ ਨਹੀਂ ਹੁੰਦੀ ਹਨੇਰੀ ਆਏਗੀ ਆਂਦੀ ਆਏਗੀ ਨਹੀਂ ਆਉਂਦੀ ਹਮ ਜਦੋਂ ਕਹਿੰਦੇ ਕਿ ਯਹਾਂ ਤੋਂ ਆਂਦੀ ਆਏਗੀ ਨਹੀਂ ਆ ਜਾਂਦੀ ਹੈ ਬਈ ਬੰਦਾ ਥਾ ਨਹੀਂ ਪਾ ਸਕਦਾ ਅੰਦਾਜ਼ੇ ਲਾ ਸਕਦਾ ਵਿਗਿਆਨ ਇਹ ਗੱਲ ਕਹਿੰਦਾ ਕਿ ਅਸੀਂ ਅੰਦਾਜ਼ਾ ਹੈ ਹਾਂ ਇੱਕ ਸੰਭਾਵਨਾ ਹੈ ਹੂੰ ਸੋ ਗੱਲ ਇਹ ਹੈ ਕਿ ਭਾਈ ਇਹ ਐਵੇਂ ਰਹਿਣਾ ਰਾਤ ਦੇ ਵੇਲੇ ਪਤਲੀ ਜੀ ਜੈਕਟ ਪਾ ਕੇ ਘਰੋਂ ਨਿਕਲਣਾ ਪੈਂਦਾ ਦਿਨ ਦੇ ਵੇਲੇ ਜੈਕਟ ਲਾ ਕੇ ਕਿਲੀ ਦੇ ਟੰਗ ਦਿਓ ਤੇ ਗੱਲ ਇਹੀ ਆ ਬੜੀ ਤਿੱਖੜ ਤੌਪਾ ਬੜੀ ਕਰਾਰੀ ਤੌਪਾ ਅੱਜ ਨਹੀਂ ਆ ਮੈਨੂੰ ਤਾਂ ਲੱਗੀ ਸੀ ਐਵੇਂ ਲੱਗੀ ਸੀ ਡਾਣਾ ਸਾਹਿਬ ਅੱਜ ਬਦਲੀ ਆ ਰਹੀ ਹੈ ਜਾ ਰਹੀ ਹੈ ਆ ਰਹੀ ਹੈ ਜਾ ਰਹੀ ਹੈ ਵਿੱਚੇ ਧੁੱਪ ਆ ਜਾਂਦੀ ਵਿੱਚੇ ਬੱਦਲ ਹੋ ਜਾਂਦਾ ਕੱਲ ਰਾਤ ਤੋਂ ਤੇਜ਼ ਹਵਾਵਾਂ ਚੱਲ ਰਹੀਆਂ ਨੇ ਔਰ ਇਹਨਾਂ ਹਵਾਵਾਂ ਦਾ ਕਰਕੇ ਠੰਡਕ ਜੀ ਮਹਿਸੂਸ ਹੋ ਰਹੀ ਹੈ ਬਹੁਤੀ ਨਹੀਂ ਹੋ ਰਹੀ ਮੈਂ ਫੇਰੇ ਗੱਲ ਕਹਿਣਾ ਭਾਵੇਂ ਕਿ ਬਈ ਜੈਕਟ ਪਾਈ ਆ ਇਹ ਮੈਂ ਤਾਂ ਪਾਈ ਆ ਵੀ ਐਵੇਂ ਰੱਖਣੀ ਪਈ ਜਦੋਂ ਲੈ ਕੇ ਆਇਆ ਅੱਜਾ ਤੇ ਵੇ ਜੁੰਝਲਾਈ ਚ ਵੀ ਲੈ ਆਇਆ ਕਰੋ ਉਹ ਮੈਂ ਦੇਖੂੰਗਾ ਜੈਕਟ ਮੇਰੀ ਪਿੰਡਾ ਮੇਰਾ ਜੀ ਇਹ ਤਾਂ ਹੀ ਲਿਆਏ ਹੋ ਕਿਉਂਕਿ ਇਹਦੀ ਲੋਡ ਮਹਿਸੂਸ ਹੋਈ ਹੈ ਮੋਟਰਸਾਈਕਲ ਤੇ ਹੁੰਦੀ ਹੈ ਹੂੰ ਹੋਰ ਸੁਣਾਓ ਕਰੇ ਸਾਰੇ ਠੀਕ ਆ ਸਾਰੇ ਵਧੀਆ ਨੇ ਚੱਲ ਦਿਖਲਾ ਜੀ ਬਿਲਕੁਲ ਚੱਲ ਚਾਚਾ ਦਾ ਵਿਚਾਰ ਆਉਣ ਦਿਓ ਪਹਿਲਾਂ ਤੁਸੀਂ ਸੁਣਾਓ ਗੌਰ ਨਾਲ ਸੁਣਿਓ ਹਾਂ 217 ਨਾ ਹੀ ਆ ਕਿ ਜਿਨ੍ਹਾਂ ਨੂੰ ਵੀ ਮੈਂ ਜ਼ਹਿਰ ਵਰਗਾ ਲੱਗਦਾ ਹਾਂ ਹੂੰ ਜਿਨ੍ਹਾਂ ਨੂੰ ਵੀ ਮੈਂ ਜ਼ਹਿਰ ਵਰਗਾ ਲੱਗਦਾ ਹਾਂ ਉਹ ਮੈਨੂੰ ਖਾਣ ਤੇ ਮਰ ਜਾਣ ਕਹਣਾ ਤਾ ਤੁਹਾਨੂੰ ਕਿਉਂ ਗਿਆ ਜਿਹੜੇ ਘਾ ਤੱਕ ਹਿੰਸਕ ਸਭ ਕੁਝ ਹੀ ਬਣ ਗਿਆ ਤੁਸੀਂ ਕਈ ਵਾਰ ਹੁੰਦਾ ਨਾ ਖਾ ਸੋਟਾ ਹੀ ਮਾਰਿਆ ਕੀ ਹੋਇਆ ਖਾਨ ਤੇ ਮਰ ਜਾਣ ਤੁਸੀਂ ਵੀ ਸਿੱਖਰ ਲਿਆ ਅੰਤਾਲੀ ਗੱਲ ਸੁਣਾਈ ਹੈ ਅੱਜ ਹਰ ਬੰਦਾ ਕਿਸੇ ਨਾ ਕਿਸੇ ਨੂੰ ਭੜਾ ਲੱਗਦਾ ਹੁੰਦਾ ਜ਼ਹਿਰ ਵਰਗਾ ਆਪਾਂ ਨੂੰ ਇਹੀ ਗੱਲ ਕਹਿ ਸਕਦੇ ਵੀ ਪਾਈ ਫਿਰ ਖਾ ਲਓ ਨਹੀਂ ਨਹੀਂ ਆਪਾਂ ਇਹ ਨਹੀਂ ਕਹਿਣਾ ਟਣਾ ਸਭ ਉਹਦੇ 'ਚ ਮੈਨੂੰ ਨੁਕਸਾਨ ਆਪਣਾ ਜੇ ਆਪਾਂ ਇਹ ਕਵਾਂਗੇ ਕਿ ਜਿਹਨਾਂ ਨੂੰ ਮੈਂ ਜ਼ਹਿਰ ਵਰਗਾ ਲੱਗਦਾ ਉਹ ਮੈਨੂੰ ਖਾ ਲੋ ਤੇ ਮਰ ਜਾਓ ਤੇ ਫਿਰ ਉਹ ਮੈਨੂੰ ਕਿਉਂ ਖਾ ਲਵੇ ਬਈ ਜ਼ਹਿਰ ਦੁਕਾਨ ਤੋਂ ਲੈ ਕੇ ਖਾ ਲਵੇ ਉਹ ਨਾ ਨਾ ਕੋਈ ਨਾ ਖਾਵੇ ਪਾਈ ਇਹ ਤਾਂ ਚਲੋ ਗੱਲਾਂ ਸਾਰੇ ਚੜ੍ਹਦੇ ਕਲਾ ਦੇ ਵਿੱਚ ਰਹੋ ਭੁੱਜਣਾ ਬੰਦ ਕਰ ਗਏ ਇੱਕ ਦੂਜੇ ਦੇ ਉੱਤੇ ਸਾਰੇ ਚੜ੍ਹਦੇ ਕਲਾ ਚ ਰਹੋ ਤਰੱਕੀ ਦੇ ਵੱਲ ਵਧੋ ਚਾਚਾ ਦਾ ਵਿਚਾਰ ਇੱਕ ਹੋਰ ਆਇਆ ਇਹ ਅਸਲ ਚਾਚਾ ਦਾ ਵਿਚਾਰ ਆ ਉਹ ਇਹ ਆ ਕਿ ਆਪਾਂ ਕਹਿੰਦੇ ਨੇ ਵੀ ਮੈਂ ਤੇਰੇ ਨਾਲ ਹਰ ਥਾਂ ਤੇ ਬੈਠਾਂ ਜਾਂ ਮੈਂ ਤੇਰੇ ਨਾਲ ਹਰ ਥਾਂ ਤੇ ਬੈਠਾਂਗਾ ਹੂੰ ਬੈਠਣ ਵਾਲੇ ਲੋਕਾਂ ਦੀ ਗਿਣਤੀ ਬਹੁਤ ਹੁੰਦੀ ਹੈ ਪਰ ਨਾਲ ਖੜਨ ਵਾਲੇ ਲੋਕਾਂ ਦੀ ਗਿਣਤੀ ਘੱਟ ਹੁੰਦੀ ਹੈ ਬਿਲਕੁਲ ਸਹੀ ਖੜਨ ਵਾਲੇ ਲੋਕ ਕਿੰਨੇ ਆ ਇਹ ਦੇਖੋ ਆਪਾਂ ਬੈਠੇ ਮੰਨ ਲਓ ਕਿਤੇ ਮੰਜੇ ਤੇ ਤੇ 10 ਜਣੇ ਵੀਰ ਭੈਣ ਆ ਕੇ ਹੋਰ ਬਹਿ ਗਏ ਪਰ ਜਦੋਂ ਕਿਤੇ ਫਸੇ ਆ ਉਦੋਂ ਖੜਦੇ ਕਿੰਨੇ ਆ ਉਹ ਬੈਣ ਵਾਲੇ ਉੱਠ ਕੇ ਨਾਲ ਖੜ ਜਾਂਦੇ ਆ ਜਾਂ ਇਹ ਕਹਿੰਦੇ ਵੀ ਭਾਈ ਮੱਜਾਂ ਨੂੰ ਪਾਣੀ ਪੀਉਣ ਦਾ ਵੇਲਾ ਮੈਂ ਤਾਂ ਨਿਕਲਾਂ ਇਹ ਤਾਂ ਫਸ ਹੀ ਗਿਆ ਤਾਂ ਚਾਚੇ ਦੇ ਗੋਡੇ ਦੁਖਦੇ ਆ ਪੱਟਾ ਕਰਨਾ ਉੱਤੇ ਉਦੋਂ ਕੀ ਹੁੰਦਾ ਪੱਟਾ ਕਿਹੜਾ ਕਰਨਾ ਹੁੰਦਾ ਜੀ ਪੁੰਡਾ ਪੱਟਾ ਵੈਦ ਕੋਲੇ ਜਾ ਕੇ ਦੇਖੋ ਉਹ ਕਹਿੰਦੇ ਨੇ ਵੀ ਐਰੇ ਤੇ ਆ ਚੀਜ਼ ਮਲਖੇ ਉਹ ਤਾਂ ਪੱਟਾ ਲਾ ਲਓ ਹਾਂ ਠੀਕ ਹੈ ਪਰ ਨਹੀਂ ਨਾਲ ਜਿਹੜੇ ਖੜਦੇ ਨੇ ਕਦਰ ਉਹਨਾਂ ਦੀ ਕਰਨੀ ਚਾਹੀਦੀ ਹੈ ਤੇ ਉਹੀ ਅਸਲ ਦੇ ਵਿੱਚ ਤੁਹਾਡੇ ਸੱਚੇ ਹੁੰਦੇ ਨੇ ਬਿਲਕੁਲ ਸਹੀ ਹੁਣ ਮੇਰੇ ਵਾਲਾ ਚਾਹਦਾ ਨੂੰ ਸਰ ਕਹਣਾ ਸਾਹਿਬ ਹਿੰਦੀ ਦੇ ਵਿੱਚ ਹੈ ਕਿਸੇ ਨੇ ਬਹੁਤ ਸੋਣਾ ਲਿਖਿਆ ਹੈ ਕਹਿੰਦੇ ਅਕੇਲੇਪਨ ਸੇ ਸਿੱਖੀ ਹੈ ਪਰ ਬਾਤ ਸੱਚੀ ਹੈ ਮੈਨੇ ਅਕੇਲੇਪਨ ਸੇ ਸਿੱਖੀ ਹੈ ਇਕਲਤਾ ਦੇ ਵਿੱਚੋਂ ਮੈਂ ਗੱਲ ਸਿੱਖੀ ਹੈ ਪਰ ਹੈ ਸੱਚੀ ਅਕੇਲੇਪਨ ਸੇ ਸਿੱਖੀ ਹੈ ਪਰ ਬਾਤ ਸੱਚੀ ਹੈ ਹਾਂ ਝੂਠੀ نزدਕੀਆਂੋਂ ਸੇ ਹਕੀਕਤ ਦੀ ਦੂਰੀਆਂ ਅੱਛੀ ਹੈ। ਇਹ ਤਾਂ ਬਾਤ ਅੱਛੀ ਹੈ। ਵੀ ਝੂਠੀਆਂ ਜੀਆਂ نزدਕੀਆਂ ਨੇੜਤਾ ਨਾਲੋਂ ਹਮ ਹਕੀਕਤ ਦੀ ਸੱਚਾਈ ਦੀ ਦੂਰੀ ਹੀ ਠੀਕ ਹੈ। ਬਿਲਕੁਲ ਐਵੇਂ ਹੀ ਦਿਖਾਈ ਜਾਣਾ ਵੀ ਮੈਂ ਤਾਂ ਫਲਾਣੇ ਦਾ ਕਰਦਾ ਬਹੁਤਾ ਮੈਂ ਤਾਂ ਫਲਾਣੇ ਦੇ ਨਾਲ ਖੜਾ ਮੈਂ ਤਾਂ ਫਲਾਣੇ ਲਈ ਆ ਕੀਤਾ ਮੈਂ ਫਲਾਣੇ ਲਈ ਆ ਕੀਤਾ ਮੈਂ ਸਾਡਾ ਤਾਂ ਪਿਆਰ ਹੀ ਬਹੁਤਾ ਆਪਸ ਦੇ ਵਿੱਚ ਅਸ ਤਾਂ ਇੱਕ ਦੂਜੇ ਨੇੜੇ ਹੀ ਬਹੁਤਾ ਸਾਡੇ ਜਿੰਨਾ ਇੱਕ ਦੂਜੇ ਨੂੰ ਪਿਆਰ ਕੌਣ ਕਰ ਸਕਦਾ ਇਹਨਾਂ ਗੱਲਾਂ ਨਾਲੋਂ ਇਹਨਾਂ ਝੂਠੀਆਂ ਗੱਲਾਂ ਨਾਲੋਂ ਜੇ ਹਕੀਕਤ ਦੀ ਦੂਰੀ ਹੈ ਨਾ ਤੇ ਉਹ ਚੰਗੀ ਹੈ। ਹਮ ਬਿਲਕੁਲ ਸਹੀ ਗੱਲ। ਕਬੂਲਤਾ ਕਰੋ। 100% ਦੀ ਗੱਲ ਸਹੀ ਆ। ਉਹ ਮੈਨੂੰ ਇੱਕ ਗੱਲ ਚ ਇੱਥੇ ਆ ਗਈ। ਬਈ ਮੇਕਅਪ ਤੇ ਨਰਪਰ ਕਰ ਦੀ ਗੱਲ ਮੇਕਅਪ ਨਾਲ ਜੁੜੀ ਹੋਈ ਆ। ਅੱਛਾ ਜੀ। ਕਹਿੰਦੇ ਵੀ ਇੱਕ ਰਣ ਧਰਮਰਾਜ ਆ ਗਿਆ ਥੱਲੇ। ਹੂੰ। ਵੀ ਕਿਸੇ ਔਰਤ ਦਾ ਵੇਲਾ ਆ ਗਿਆ। ਝੋਟੇ ਤੇ ਆਇਆ ਉਹ। ਕਹਿੰਦੇ ਵੀ ਉਹਨੇ ਦੇਖਿਆ ਆ ਕੇ ਪਸਲ ਹੋ ਗਿਆ। ਪਰੇਸ਼ਾਨ ਹੋ ਗਿਆ। ਕਿਉਂ? ਵੀ ਮੈਂ ਯਾਰ ਕਿੱਥੇ ਕੋਈ ਆ ਵੀ ਇਹਨਾਂ ਦੇ ਘਰੇ ਚੱਕੜਾ ਸੀ ਕਿਸੇ ਨੂੰ ਕਿ ਇੱਦਾਂ ਇਹਨਾਂ ਦੇ ਘਰ ਭੁੱਲ ਗਿਆ। ਘਰ ਭੁੱਲ ਗਿਆ ਨਹੀਂ। ਚਿਹਰਾ ਭੁੱਲ ਗਿਆ। ਓਹੋ ਫਿਰ ਕਿਉਂਕਿ ਤੜਕੇ ਤੜਕੇ ਆਇਆ ਧਰਮਰਾਜ ਹੂੰ ਉਹਨੇ ਫੋਟੋ ਵੇਖੀ ਜ ਦੁਪਹਿਰ ਵਾਲੀ ਉਦੋਂ ਮੇਕਅਪ ਕੀਤਾ ਸੀ ਅੱਛਾ ਭਲੇ ਖਾ ਖਾ ਗਈ ਬਹੁਤ ਸੜਿਆ ਜੋਕ ਸੀ ਟਾਣਾ ਸਾਹਿਬ ਕਿਉਂ ਐਦਾਂ ਨਹੀਂ ਹੁੰਦਾ ਹੈਗਾ ਕੀ ਹੋਇਆ ਇੰਨਾ ਵੀ ਫਰਕ ਨਹੀਂ ਕੋਈ ਵੀ ਵਿਅਕਤੀ ਵਿਸ਼ੇਸ਼ ਇਹਨੂੰ ਆਪਣੇ ਨਾਲ ਨਾ ਜੋੜੇ ਕੋਈ ਵੀ ਵਿਅਕਤੀ ਵਿਸ਼ੇਸ਼ ਇਹਨੂੰ ਆਪਣੇ ਨਾਲ ਬਿਲਕੁਲ ਨਾ ਜੋੜੇ ਜੀ ਬਸ ਮੇਕਅਪ ਵੀ ਕਰਨਾ ਚਾਹੀਦਾ ਹੈ ਕਰਨ ਵਾਲੀ ਚੀਜ਼ ਹੈ ਹੋਰ ਸੁਣਾਓ ਵਧੀਆ ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ ਹਰਮਨ ਜੀ ਖਨੌਰੀ ਤੇ ਸ਼ੰਭੂ ਬਾਰਡਰ ਦੇ ਉੱਤੇ 15ਵਾਂ ਦਿਨ ਅੱਜ ਜੀ 15ਵਾਂ ਦਿਨ ਹੋ ਗਿਆ ਜੀ ਅੱਜ ਕਿਸਾਨ ਅੰਦੋਲਨ ਨੂੰ ਚੱਲਦੇ ਆ ਇਸ ਕਿਸਾਨ ਅੰਦੋਲਨ ਦੇ ਵਿੱਚ 8ਵੀਂ ਮੌਤ ਹੋਈ ਅੱਜ ਸਰਦਾਰ ਕਰਨੈਲ ਸਿੰਘ ਦੀ ਸਿਹਤ ਖਨੌਰੀ ਬਾਰਡਰ ਤੇ ਖਰਾਬ ਹੋਈ ਉਹਨਾਂ ਨੂੰ ਹਸਪਤਾਲ ਦੇ ਵਿੱਚ ਲੈ ਕੇ ਗਏ ਪਤਾ ਲੱਗਾ ਜੀ ਉਹਨਾਂ ਦੀ ਮੌਤ ਹੋ ਗਈ ਆ ਅੱਠ ਮੁੱਲਵਾਨ ਕੀਮਤੀ ਜਾਨਾਂ ਜਾ ਚੁੱਕੀਆਂ ਉਹ ਭਾਵੇਂ ਪੁਲਿਸ ਵਾਲੇ ਵੀਰ ਆ ਤੇ ਭਾਵੇਂ ਕਿਸਾਨ ਮਜ਼ਦੂਰ ਵੀਰ ਆ ਸਾਰੇ ਸਾਡੇ ਆਪਣੇ ਆ ਉਹ ਭਾਵੇਂ ਪਰਲੇ ਪਾਰ ਦੇ ਤੇ ਭਾਵੇਂ ਔਰਲੇ ਪਾਰ ਦੇ ਆ ਪਰਲਾ ਔਰਲਾ ਤਾਂ ਹੁਣ ਵਿਚਾਲੇ ਬੈਰੀਕੇਡ ਲਾ ਲਾ ਕੇ ਖੜਾ ਕੀਤਾ ਗਿਆ ਨਾ ਪਰ ਇਹ ਪਰਲੇ ਔਰਲੇ ਹੈ ਨਹੀਂ ਸੀ ਇਕੱਠੇ ਇੱਕੋ ਟਰਾਲੀ ਦੇ ਵਿੱਚ ਬੈਠ ਕੇ ਖਾਣ ਪੀਣ ਵਾਲੇ ਸਨ ਜਿਹੜੇ ਕਿ ਸਨ ਬਣਾ ਦਿੱਤੇ ਗਏ ਆ ਹਨ ਨਹੀਂ ਉਹ ਆਉਣਾ ਚਾਹੁੰਦੇ ਆ ਅਸੀਂ ਬੁਲਾਉਣਾ ਚਾਹੁੰਦੇ ਆ ਅਸੀਂ ਜਾਣਾ ਚਾਹੁੰਦੇ ਆ ਉਹ ਬੁਲਾਉਂਦੇ ਆ ਪਰ ਵਿਚਾਲੇ ਕੰਧਾਂ ਬਹੁਤ ਵੱਡੀਆਂ ਗੋਲੀਆਂ ਬੜੀਆਂ ਤੇ ਗੋਲੇ ਬੜੇ ਆ ਅਥਰੂ ਗੈਸ ਵਾਲੇ ਸੋ 8ਵੇਂ ਕਿਸਾਨ ਦੀ ਮੌਤ ਦੇ ਉੱਤੇ ਦੁੱਖ ਹੋਇਆ ਕਿਸਾਨ ਇਸ ਵੇਲੇ ਜਜ਼ਬੇ ਦੇ ਵਿੱਚ ਆ ਤੇ ਜਿਹੜੇ ਜਜ਼ਬੇ ਦੇ ਵਿੱਚ ਆ ਭਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜਿਹੜੇ ਵੀ ਤੁਹਾਡੇ ਬਾਰੇ ਟੀਚਰਾਂ ਤੇ ਟਕੂਰਾਂ ਕਰਦੇ ਆ ਉਹਨਾਂ ਨੂੰ ਭਾਈ ਜੀ ਕਰ ਲੈਣ ਦਿਓ ਹੂੰ ਅਸੀਂ ਤਾਂ ਜਾ ਨਹੀਂ ਸਕੇ ਇਹ ਗੱਲ ਕਿਸੇ ਨੇ ਮੰਨਣੀ ਨਹੀਂ ਸਾਰੇ ਤੁਹਾਨੂੰ ਇਹ ਗੱਲ ਕਹਿਣਗੇ ਤੁਸੀਂ ਤੁਹਾਡੀ ਗਿਣਤੀ ਘਟਾ ਤੁਹਾਡੀ ਗਿਣਤੀ ਘਟਾ ਮੈਨੂੰ ਵੀ ਇੱਕ ਬੰਦੇ ਦਾ ਫੋਨ ਆਇਆ ਮੈਨੂੰ ਕਹਿੰਦੇ ਟੇਣਾ ਜੀ ਅੱਗੇ ਵਾਲੀ ਗਿਣਤੀ ਹੈ ਨਹੀਂ ਇੱਥੇ ਉਹ ਗੱਲ ਬਣੀ ਨਹੀਂ ਤਾਂ ਮੈਂ ਕਿਹਾ ਬਣਾ ਦਿਓ ਬੰਦੇ ਦੇ ਨਾਲ ਹੀ ਬਣਦੀ ਜਾਣਾ ਸ਼ੁਰੂ ਕਰ ਦਿਓ ਬਿਲਕੁਲ ਸਹੀ ਵੀ ਕੋਈ ਹੋਰ ਐਦਾਂ ਨਹੀਂ ਕੋਈ ਹੱਟੀ ਤੋਂ ਚੀਜ਼ ਤਾਂ ਮਿਲਦੀ ਨਹੀਂ ਵੀ ਉੱਥੇ ਲਿਆ ਕੇ ਉਹ ਰੱਖ ਦਿੱਤੇ ਗਏ ਤਾਂ ਗੱਲ ਬਣ ਜੂਗੀ ਗੱਲ ਤਾਂ ਬੰਦਿਆਂ ਨਾਲ ਬਣਦੀ ਹੈ ਨਾ ਆਪਾਂ ਜੇ ਘਰੇ ਬੈਠੇ ਆ ਕਰੀ ਜਾਂਦੇ ਆ ਉੱਥੇ ਗੱਲ ਬਣੀ ਨਹੀਂ ਤੇ ਬਣਾਓ ਨਾ ਕੋਸ਼ਿਸ਼ ਨਹੀਂ ਨਾ ਕਰਨੀ ਆਪ ਹਾਂ ਦੂਜੇ ਨੂੰ ਸਲਾਹ ਦੇਣੀ ਆ ਵੀ ਤੈਨੂੰ یوں ਨਹੀਂ ਉਹ ਕਰਨਾ ਚਾਹੀਦਾ ਅਸੀਂ ਪਤਾ ਨਹੀਂ ਹਰ ਵਾਰੀ ਇਹ ਆਪਣਾ ਹੱਕ ਹੀ ਸਮਝ ਲੈਨੇ ਆ ਜ਼ਿਆਦਾਤਰ ਲੋਕਾਂ ਦੀ ਇਹ ਸਮੱਸਿਆ ਹੁੰਦੀ ਹੈ ਟਾੜਾ ਸਾਹਿਬ ਵੀ ਅਸੀਂ ਇਹ ਕਈਆਂ ਨੇ ਤੈਨੂੰ ਐ ਕਰਨਾ ਚਾਹੀਦਾ ਐ ਕਰਨਾ ਚਾਹੀਦਾ ਐ ਕਰਨਾ ਚਾਹੀਦਾ ਪਰ ਆਪ ਕੀ ਕਰ ਰਿਹਾ ਹੈ ਉਹਦੇ ਬਾਬਤ ਤੁਹਾਨੂੰ ਜਾਣਕਾਰੀ ਨਹੀਂ ਹੁੰਦੀ ਹੈ ਨਾ ਵੀ ਠੀਕ ਹੈ ਤੁਸੀਂ ਕਹਿੰਦੇ ਹੋ ਵੀ ਐ ਹੋਣਾ ਚਾਹੀਦਾ ਤਾਂ ਕਰੋ ਨਾ ਫਿਰ ਆਪ ਮੋਰੇ ਲੱਗੋ ਬਿਲਕੁਲ ਸਹੀ ਕਿਸਾਨੀ ਨਾਲ ਸਿੱਧੇ ਅਸਿੱਧੇ ਤੌਰ ਦੇ ਉੱਪਰ ਆਪਾਂ ਸਾਰੇ ਜੁੜੇ ਹੋਏ ਆ ਆਪਾਂ ਸਾਰੇ ਕਿਸਾਨੀ ਦੇ ਉੱਪਰ ਨਿਰਭਰ ਕਰਦੇ ਆ ਆਪਾਂ ਸਾਰਿਆਂ ਨੂੰ ਜ਼ਰੂਰਤ ਹੈ ਅੰਨ ਦੀ ਆਪਾਂ ਸਾਰਿਆਂ ਨੂੰ ਜ਼ਰੂਰਤ ਹੈ ਰੋਟੀ ਖਾਣ ਦੀ ਆਪਾਂ ਨੂੰ ਸਾਰਿਆਂ ਨੂੰ ਜ਼ਰੂਰਤ ਹੈ ਕਿ ਆਪਾਂ ਇਸ ਵੇਲੇ ਕਿਸਾਨਾਂ ਦੇ ਨਾਲ ਖੜੀਏ ਤੇ ਫਿਰ ਖੜੀਏ ਨਾ ਕੱਲੀਆਂ ਸਲਾਹਾਂ ਨਾ ਦੇਈਏ ਕੱਲ ਨਾ ਅਨੁਪਮ ਖੇਰ ਸਾਹਿਬ ਜਿਹੜੇ ਕਿ ਹਿੰਦੀ ਫਿਲਮਾਂ ਦੇ ਬੜੇ ਵੱਡੇ ਕਲਾਕਾਰ ਹਨ ਉਹਨਾਂ ਨੇ ਕਿਸਾਨੀ ਬਾਰੇ ਇੱਕ ਬਿਆਨ ਦਿੱਤਾ ਜੀ ਉਹ ਕਹਿੰਦੇ ਜੀ ਕਿ ਦੇਖੋ ਕਿਸਾਨ ਸੜਕਾਂ ਦੇ ਉੱਤੇ ਆਇਆ ਤੇ ਦੂਜਿਆਂ ਨੂੰ ਪਰੇਸ਼ਾਨ ਕਰੇ ਇਹ ਗੱਲ ਠੀਕ ਨਹੀਂ। ਅੱਛਾ। ਅੰਦੋਲਨ ਕੋਈ ਵੀ ਹੋਵੇ ਉਹ ਕਹਿੰਦੇ ਵੀ ਸੜਕਾਂ ਦੇ ਉੱਤੇ ਨਹੀਂ ਆਉਣਾ ਚਾਹੀਦਾ। ਹੂੰ। ਜੇ ਕਿਸਾਨ ਅਨਦਾਤਾ ਹੈ ਬਹੁਤ ਸਤਿਕਾਰ। ਪਰ ਜਿਹੜੇ ਟੈਕਸ ਦਿੰਦੇ ਆ ਉਹਨਾਂ ਦਾ ਵੀ ਦੇਸ਼ ਦੇ ਵਿੱਚ ਘੱਟ ਯੋਗਦਾਨ ਥੋੜੀ ਆ। ਆਪਾਂ ਉਹਨਾਂ ਨੂੰ ਕਿਉਂ ਪਰੇਸ਼ਾਨ ਕਰਨਾ? ਬਿਲਕੁਲ ਤੁਹਾਡੀ ਗੱਲ ਠੀਕ ਆ। ਪਰ ਮੇਰੀ ਬੇਨਤੀ ਆ ਅਨਪਮ ਮਖੀਰ ਸਾਹਿਬ ਨੂੰ ਵੀ ਭਾਈ ਤੁਸੀਂ ਤਾਂ ਆਪਦੀ ਫਿਲਮ ਦਾ ਮੁੱਲ ਆਪ ਤੈਅ ਕਰਦੇ ਆ। ਹੂੰ। ਕਿ ਮਹਿਤਾ ਜੀ ਐਨੇ ਕਰੋੜ ਦਾ ਐਨੇ ਲੱਖ ਲਊਗਾ ਇੱਕ ਫਿਲਮ ਦੇ ਵਿੱਚ ਕੰਮ ਕਰਨ ਦਾ ਉਹ ਕੋਈ ਸਰਕਾਰ ਨਹੀਂ ਤਿਆ ਕਰਦੀ ਤੇ ਕਿਸਾਨ ਦਾ ਮੁੱਲ ਜਿਹੜਾ ਉਹ ਕਦੇ ਕਨੇ 15 ਰੁਪਏ ਵਧ ਗਿਆ ਕਦੇ ਕਨੇ 25 ਰੁਪਏ ਵਧ ਗਿਆ ਗੰਨੇ ਦਾ ਭਾਅ ਐਨੇ ਰੁਪਏ ਵਧਾਤਾ ਜੇ ਤੁਹਾਡਾ ਮੁੱਲ ਇੱਕ ਫਿਲਮ ਚੱਲਣ ਤੋਂ ਬਾਅਦ ਇੰਨਾ ਵਧ ਸਕਦਾ ਕਿਸੇ ਵੀ ਕਲਾਕਾਰ ਦਾ ਉਹ ਕਹਿੰਦਾ ਜੀ ਐਤ ਕੀ ਮੈਂ ਕਰੋੜ ਲਿਆ ਮੇਰੀ ਫਿਲਮ ਚੱਲ ਗਈ ਸੀ ਹੁਣ ਮੈਂ 5 ਕਰੋੜ ਲੈਣਾ ਹੁੰਦਾ ਮੇਰੀ ਦੂਜੀ ਵੀ ਚੱਲ ਗਈ ਹੁਣ ਮੇਰਾ ਮੁੱਲ 10 ਕਰੋੜ ਆ ਕੋਈ ਬੰਦਾ ਕਹਿੰਦਾ ਮੈਂ 50 ਕਰੋੜ ਲੈਣਾ ਇਹ ਤੁਸੀਂ ਹੀ ਮੁੱਲ ਤੈਅ ਕਰ ਸਕਦੇ ਹੋ ਤੇ ਮਾੜਾ ਮੋਟਾ ਕਿਸਾਨ ਨੂੰ ਵੀ ਤੈਅ ਕਰ ਲੇਗੇ ਜੀ ਉਹ ਤਾਂ ਬਹਿਣ ਆਈ ਨਹੀਂ ਸੀ ਉਹਨਾਂ ਨੇ ਕਦੋਂ ਕਿਹਾ ਜੀ ਕਿ ਅਸੀਂ ਹਰਿਆਣੇ ਦੀ ਬਾਰਡਰ ਤੇ ਬਹਿਣਾ ਉਹ ਤਾਂ ਅੱਗੇ ਜਾਣ ਆਏ ਸੀ ਭਾਏ ਤਾਂ ਤੁਸੀਂ ਆ ਜੀ ਨਾਲੇ ਵੈਸੇ ਵੀ ਇਹ ਤਾਂ ਪਿਛਲੇ ਕਿਸਾਨੀ ਅੰਦੋਲਨ ਦੇ ਦੌਰਾਨ ਵੀ ਆਪਾਂ ਵੇਖਿਆ ਕਿ ਕਿਸਾਨ ਤਾਂ ਆਮ ਲੋਕਾਂ ਲਈ ਰਸਤਾ ਛੱਡ ਰਹੇ ਸੀ ਹੂੰ ਬੈਰੀਕੇਟਿੰਗ ਕੰਨਾਂ ਖੜੀਆਂ ਕਰਨੇ ਆ ਇਹ ਤਾਂ ਸਰਕਾਰ ਨੇ ਕੀਤਾ ਕਿਸਾਨਾਂ ਨੇ ਥੋੜੀ ਕੰਨਾਂ ਖੜੀਆਂ ਕੀਤੀਆਂ ਨੇ ਲੋਕਾਂ ਨੂੰ ਖੱਜਲ ਖੁਆਰ ਤਾਂ ਹੀ ਹੋਣਾ ਪੈ ਰਿਹਾ ਵੀ ਕੰਨਾਂ ਖੜੀਆਂ ਨੇ ਉੱਥੇ ਦੂਸਰੀ ਗੱਲ ਇਹ ਹੈ ਚੜਾ ਸਾਹਿਬ ਵੀ ਜਿਹੜੀ ਇਹ ਗੱਲ ਅਨੁਭਮ ਖੇਰ ਹੋ ਰਹੀ ਲੋਕਾਂ ਨੂੰ ਕਹਿ ਰਹੇ ਨੇ ਬਿਆਨ ਦੇ ਰਹੇ ਨੇ ਇਹਨਾਂ ਦੇ ਘਰ ਵਾਲੀ ਭਾਜਪਾ ਤੋਂ ਨੇ ਤੇ ਇਹੀ ਗੱਲ ਉਹ ਜਾ ਕੇ ਤੇ ਜਿਹੜੇ ਹੋਰ ਉੱਪਰ ਅਧਿਕਾਰੀ ਬੈਠੇ ਨੇ ਹੋਰ ਜਿਹੜੇ ਕਹ ਲਓ ਵੀ ਫੈਸਲੇ ਲੈਣ ਵਾਲੇ ਬੈਠੇ ਨੇ ਉਹਨਾਂ ਨੂੰ ਜਾ ਕੇ ਕਹਿ ਦੇਣ ਤਾਂ ਹੋ ਸਾਰਾ ਮਸਲਾ ਹੱਲ ਹੋ ਜAVE ਭਾਈ ਇਸ ਗੱਲ ਦਾ ਕਰਕੇ ਆਪਣੇ ਜਿਹੜੇ ਟੈਕਸ ਪੇਅਰਸ ਨੇ ਜਿਹੜੇ ਟੈਕਸ ਦਾਤਾ ਨੇ ਉਹ ਤੰਗ ਹੋ ਰਹੇ ਨੇ ਆਪਾਂ ਇਸ ਮਸਲੇ ਨੂੰ ਹੱਲ ਕਰੀਏ ਤਾਂ ਸ਼ਾਇਦ ਹੱਲ ਹੋ ਜਾਵੇ ਆਪਾਂ ਉਹਨਾਂ ਨੂੰ ਜੋ ਸਲਾਹਾਂ ਕਿਸਾਨਾਂ ਨੂੰ ਦੇਈ ਜਾਂਦੇ ਵੀ ਐ ਨਹੀਂ ਕਰਨਾ ਚਾਹੀਦਾ ਐ ਨਹੀਂ ਨਾਲੇ ਗੱਲ ਇਹ ਹੈ ਇਹ ਕੋਈ ਇੱਕਦਮ ਹੀ ਸ਼ੁਰੂ ਨਹੀਂ ਹੋਇਆ ਮਸਲਾ ਟਾਣਾ ਸਾਹਿਬ ਕਿੰਨੀ ਦੇਰ ਤੋਂ ਬਿਆਨ ਆ ਰਹੇ ਸੀ ਕਿੰਨੀ ਦੇਰ ਤੋਂ ਕਿਸਾਨ ਇਹ ਗੱਲ ਕਹਿ ਰਹੇ ਸੀ ਵੀ ਸਾਡੇ ਨਾਲ ਕੀਤੇ ਹੋਏ ਵਾਅਦੇ ਪੂਰੇ ਨਹੀਂ ਕੀਤੇ ਪਿਛਲੀ ਵਾਰ ਵੀ ਸਾਲ ਤੋਂ ਉੱਤੇ ਦਾ ਸਮਾਂ ਸਾਨੂੰ ਉੱਥੇ ਬਹਿਣਾ ਪਿਆ ਕਿਸਾਨਾਂ ਨੂੰ ਉੱਥੇ ਬਹਿਣਾ ਪਿਆ ਤੇ ਆਪਾਂ ਉਦੋਂ ਜਦੋਂ ਬਿਆਨ ਦਿੰਦੇ ਸੀ ਤਾਂ ਉਦੋਂ ਇਹਨਾਂ ਚੀਜ਼ਾਂ ਨੂੰ ਸੀਰੀਅਸਲੀ ਲਿਆ ਹੀ ਨਹੀਂ ਇਹਨਾਂ ਚੀਜ਼ਾਂ ਨੂੰ ਆਪਾਂ ਸੰਜੀਦਗੀ ਦੇ ਨਾਲ ਲਿਆ ਹੀ ਨਹੀਂ ਆਪਾਂ ਕਦੇ ਕਹਿੰਦੇ ਆ ਕੀ ਕਰ ਲੈਣਗੇ ਤੇ ਹੁਣ ਜਦੋਂ ਮਜਬੂਰਾਂ ਨੂੰ ਨਾਲ ਘਰ ਛੱਡ ਕੇ ਬਾਹਰ ਆਉਣਾ ਪਿਆ ਤਾਂ ਹੁਣ ਆਪਾਂ ਉਹਨਾਂ ਨੂੰ ਟਿੱਚਰਾ ਕਰਦੇ ਹਾਂ ਬਿਲਕੁਲ ਸਹੀ ਆਦੀ ਹਾਜ਼ਰੇ ਚੰਚੀ ਦਾ ਵਿਚਾਰ ਹਰਮਨਜੀ ਐਤਕੀ ਦੇ ਅੰਦੋਲਨ ਦੇ ਵਿੱਚ ਨਾ ਜੀ ਤੇ ਪੰਜਾਬੀ ਗਾਇਕਾਂ ਦੀ ਗਿਣਤੀ ਕਿਤੇ ਨਜ਼ਰ ਨਹੀਂ ਆਈ ਹੂੰ ਜੇ ਗਏ ਵੀ ਹੋਣਗੇ ਕਲਾਕਾਰ ਵੀਰ ਉਹ ਬਹੁਤ ਘੱਟ ਹੋਣਗੇ ਹੋ ਸਕਦਾ ਵੀ ਇਕੜ-ਦੁਕੜ ਗਏ ਵੀ ਹੋਣ ਜਿਹੜੇ ਸਾਡੇ ਧਿਆਨ ਦੇ ਵਿੱਚ ਨਾ ਆਏ ਹੋਣ ਪਰ ਪੰਜਾਬੀ ਕਲਾਕਾਰਾਂ ਦੇ ਉੱਤੇ ਇੱਕ ਉਲੰਘਾ ਉਸ ਧਰਨੇ ਦੇ ਵਿੱਚ ਬੈਠੇ ਹੋਏ ਭਾਵੇਂ ਖਨੌਰੀ ਵਾਲੇ ਪਾਸੇ ਭਾਵੇਂ ਸ਼ੰਭੂ ਵਾਲੇ ਪਾਸੇ ਆ ਉਹਨਾਂ ਕਿਸਾਨਾਂ ਦੇ ਮਨ ਦੇ ਵਿੱਚ ਜ਼ਰੂਰ ਆ ਕਿ ਤੁਸੀਂ ਕਿਉਂ ਨਹੀਂ ਆ ਰਹੇ ਜੀ ਉਹ ਕਿਹੜੇ ਕਾਰਨ ਆ ਜਿਹਦੇ ਕਰਕੇ ਤੁਸੀਂ ਆ ਨਹੀਂ ਰਹੇ ਤੇ ਮੈਂ ਨਿੱਜੀ ਤੌਰ ਤੇ ਮਹਿਸੂਸ ਕਰਦਾ ਕਿ ਇਹ ਉਲੰਘਾ ਗਲਤ ਨਹੀਂ ਹੈ ਹੂੰ ਪੰਜਾਬ ਦੇ ਬਹੁਤ ਸਾਰੇ ਸੁਹਿਰਦ ਕਲਾਕਾਰ ਆ ਜਿਹੜੇ ਕਿ ਪਹਿਲਾਂ ਜਾਂਦੇ ਵੀ ਸਨ ਉਹਨਾਂ ਦੇ ਕੋਲ ਪਤਾ ਨਹੀਂ ਹੁੰਦਾ ਕਿ ਸਾਰੇ ਤਾਂ ਕਿਤੇ ਵੀ ਨਹੀਂ ਜਾ ਸਕਦੇ ਹੁਦਾਂ ਦੇ ਕਈਆਂ ਦੀਆਂ ਮਜਬੂਰੀਆਂ ਵੀ ਹੋਣ ਕਿਸੇ ਦਾ ਲਗਾਤਾਰ ਸ਼ੋਅ ਹੋਣ ਕੋਈ ਢਿੱਲਾ ਮੱਠਾ ਹੋਵੇ ਕੋਈ ਬਾਹਰਲੇ ਮੁਲਕ ਚ ਗਿਆ ਹੋਵੇ ਕਿਸੇ ਦਾ ਕੋਈ ਹੋਰ ਕਾਰਨ ਹੋਵੇ ਪਰ ਜਿਨ੍ਹਾਂ ਦੇ ਕੋਲੇ ਸਮਾਂ ਹੈ ਉਹਨਾਂ ਨੂੰ ਉੱਥੇ 2 ਘੰਟੇ 4 ਘੰਟੇ 5 ਘੰਟੇ ਜਾਣਾ ਜ਼ਰੂਰ ਚਾਹੀਦਾ ਸਹੀ ਪਰ ਇਹਦਾ ਦੂਜਾ ਪੱਖ ਇਹ ਕੀ ਆ ਵੀ ਕਲਾਕਾਰਾਂ ਦਾ ਇੱਕ ਹਿੱਸਾ ਕਹਿੰਦਾ ਵੀ ਪਿਛਲੀ ਵਾਰ ਜਦੋਂ ਸਾਡੇ ਤੇ ਪਰਚੇ ਪਏ ਆ ਤੇ ਨਾਲ ਖੜਾ ਕੋਈ ਨਹੀਂ ਮੈਂ ਅੱਗੇ ਵੀ ਗੱਲ ਕਹਿਣਾ ਹੁੰਨਾ ਵਿਊ ਹਮੇਸ਼ਾ ਅਦਾਰੇ ਦੇ ਤੇ ਵਿਵਾਦ ਹਮੇਸ਼ਾ ਤੁਹਾਡਾ ਹੂੰ ਉਹ ਵਿਊ ਲੈਣ ਦੇ ਲਈ ਤਾਂ ਕਈ ਆਏ ਪਰ ਜਦੋਂ ਵਾਰ ਪੈਦਾ ਹੋ ਗਿਆ ਉਦੋਂ ਸੱਚੀ ਮੁੱਚੀ ਜਿਹੜੇ ਬੰਦੇ ਉੱਥੇ ਡਟ ਕੇ ਖੜੇ ਸੀ ਕੋਈ ਨਾਲ ਨਹੀਂ ਖੜਾ ਨਹੀਂ ਖੜਿਆ ਇਸ ਕਰਕੇ ਭਾਈ ਨਾਲ ਵੀ ਖੜਿਆ ਕਰਗੇ ਤੇ ਕਲਾਕਾਰਾਂ ਨੂੰ ਬੇਨਤੀ ਵੀ ਜੇਕਰ ਜਾਣ ਆਉਣ ਦਾ سلسلہ جاری ਰੱਖੋ ਤੇ ਆਪਾਂ ਕਿਹੜਾ ਕੋਈ ਬਹੁਤ ਵੱਡੀ ਕੋਈ ਗਲਤ ਗੱਲ ਕਰਨੀ ਹੈ ਉੱਥੇ ਜਾ ਕੇ ਸਿਰਫ 2 ਘੰਟੇ ਬੈਠੋਗੇ 2-4 ਗਾਣੇ ਸੁਣਾਓਗੇ ਕਲਾਕਾਰ ਬਣ ਕੇ ਤੇ ਭਰਾਵਾਂ ਦੇ ਵਿੱਚ ਬੈਠੋਗੇ ਤੇ ਉਹਨਾਂ ਲੋਕਾਂ ਨੂੰ ਵੀ ਲੱਗੂਗਾ ਵੀ ਯਾਰ ਧੀ ਪੁੱਤ ਦੇ ਵਿਆਹ ਦੇ ਉੱਤੇ 5 ਲੱਖ ਰੁਪਏ ਦਿੱਤਾ ਸੀ ਇਹ ਵੈਸੇ ਵੀ ਆਇਆ ਹੂੰ ਇਹ ਕਦੇ ਰੁਪਈਏ ਲੈ ਕੇ ਨਹੀਂ ਆਉਂਦੇ ਹੁੰਦੇ ਇਹ ਉਦਾਂ ਵੀ ਆ ਜਾਂਦੇ ਹੁੰਦੇ ਜੀ ਬਿਲਕੁਲ ਇਹ ਗੱਲ ਤੁਹਾਡੀ ਸਹੀ ਹੈ ਟਾਣਾ ਸਾਹਿਬ ਨਾਲੇ ਵੈਸੇ ਵੀ ਹਰ ਖ ਗੁੱਸਾ ਆਪਣਿਆਂ ਤੇ ਹੀ ਹੁੰਦਾ ਕਿਸੇ ਬਗਾਨੇ ਦੇ ਉੱਪਰ ਨਹੀਂ ਹੁੰਦਾ ਹਨਾ ਤੇ ਆਪਣਿਆਂ ਨੂੰ ਹੀ ਇਹ ਗੱਲ ਕਹਿਣੀ ਹੁੰਦੀ ਹੈ ਕਿ ਤੁਸੀਂ ਆਏ ਨਹੀਂ ਕਦੇ ਕੋਈ ਬਗਾਨੇ ਨੂੰ ਕਹਿੰਦਾ ਵੀ ਤੁਸੀਂ ਆਏ ਕਿਉਂ ਨਹੀਂ ਭਾਈ ਅਗਲਾ ਕਹਿੰਦਾ ਇਹ ਤਾਂ ਹੈ ਹੀ ਬਗਾਨਾ ਬਿਲਕੁਲ ਸਹੀ ਪਰ ਹੁਣ ਅਗਲੀ ਗੱਲ ਦੱਸਦਾ ਵੀ ਇਸ ਅੰਦੋਲਨ ਦੇ ਵਿੱਚੋਂ ਪਘੋੜੇ ਨਾ ਹੋ ਉਹ ਭਾਵੇਂ ਕੋਈ ਵੀ ਹੋਵੇ ਮੈਂ ਕਿਸੇ ਇੱਕ ਦੇ ਉੱ ਘੋੜੇ ਨਾ ਹੋਵੋ ਭੱਜੋ ਨਾ ਹੂੰ ਮੈਦਾਨ ਦੇ ਵਿੱਚ ਜਾਣ ਤੋਂ ਰਿਤੋ ਨਾ ਹੂੰ ਤੇ ਮੌਕਾ ਜਨ ਲੱਭੋ ਵੀ ਭਾਈ ਮੈਨੂੰ ਤਾਂ ਖਿਸਕਿੰਦੇ ਵਿੱਚ ਹੀ ਫਾਇਦਾ ਇੱਥੇ ਕਿਹੜਾ ਕੁਝ ਬਣਨਾ ਸਹੀ ਜੇ ਨਿਕਲੇ ਆ ਤੇ ਫਿਰ ਠੀਕ ਆ ਟਾਣਾ ਸਾਹਿਬ ਅਸਲ ਚ ਗੱਲ ਪਤਾ ਕੀ ਹੋ ਸਾਰਾ ਕਿਸੇ ਨੇ ਗੱਲ ਮਾਰ ਲੱਗੇ ਦੇਖਾ ਦੇਖੀ ਸੀ ਪਿਛਲੀ ਵਾਰ ਆਪਾਂ ਵੇਖਿਆ ਕਿ ਜਦੋਂ ਇੱਕ ਗਾਇਕ ਗਿਆ ਮਗਰ ਦੂਜਾ ਤੀਜਾ ਚੌਥਾ ਲੋਕ ਵੀ ਆਏ ਜਾਣ ਲੱਗੇ ਕਿ ਇੱਕ ਦੇ ਮਗਰ ਇੱਕ ਸਾਰਿਆਂ ਨੂੰ ਲੱਗਿਆ ਵੀ ਸਾਨੂੰ ਜਾਣਾ ਚਾਹੀਦਾ ਅਸੀਂ ਉੱਥੇ ਹਾਜ਼ਰ ਹੋਈਏ ਹੁਣ ਵੀ ਥੋੜੀ ਜਿਹੀ ਸ਼ੁਰੂਆਤ ਕਰਨ ਦੀ ਦੇਰ ਆ ਵੀ ਇੱਕ ਦੋ ਭੈਣ ਭਰਾ ਜਦੋਂ ਉੱਥੇ ਜਾਣ ਲੱਗਣਗੇ ਸਾਰੇ ਆਪਣੇ ਆਪ ਮਗਰ 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 ਰੌਣਾ ਸ਼ੁਰੂ ਕਰਨਗੇ ਪਰ ਗੱਲ ਇੱਥੇ ਹੀ ਆ ਵੀ ਸ਼ੁਰੂਆਤ ਕੌਣ ਕਰੇ ਹੂੰ ਕੌਣ ਮੋਰੇ ਹੋਵੇ ਪਰ ਇੱਕ ਮੈਂ ਹੋਰ ਜਾਣਕਾਰੀ ਦੇ ਦਿਆਂ 6 ਮਾਰਨ ਹੋ ਗਿਆ ਹੂੰ ਸ਼ੁਭ ਕਰਨ ਨੂੰ ਰੁਲਦਿਆਂ 6 ਦਿਨਾਂ ਬਾਅਦ ਵੀ ਉਹਦਾ ਪੋਸਟਮਾਰਟਮ ਨਹੀਂ ਕਿਸਾਨ ਜਿੱਥੇ ਬੰਦੇ ਗਏ ਤੇ ਪਰਿਵਾਰ ਦੇ ਜੀਆ ਨੇ ਕਿਹਾ ਵੀ ਸਰਕਾਰ ਹਰਿਆਣੇ ਵਾਲੇ ਪਾਸੇ ਦੇ ਉੱਤੇ ਪਰਚਾ ਦਰਜ ਕਰੇ ਜਿਹੜੇ ਪੁਲਿਸ ਅਧਿਕਾਰੀਆਂ ਨੇ ਗੋਲੀ ਚਲਾਈ ਕਰਮਚਾਰੀਆਂ ਨੇ ਚਲਾਈ ਆ ਉਹ ਮਸਲਾ ਨਹੀਂ ਹੱਲ ਹੋਇਆ ਹਰਿਆਣੇ ਵਾਲੀ ਪੁਲਿਸ ਕਹਿੰਨੀ ਸਾਡੇ ਵਾਲੇ ਪਾਸੇ ਸੀ ਤੇ ਇਸ ਕਰਕੇ ਪੋਸਟਮਾਰਟ ਸਾਡੇ ਵੱਲ ਹੋਣਾ ਚਾਹੀਦਾ ਹੂੰ ਪੰਜਾਬ ਵਾਲੇ ਕਹਿੰਨੇ ਵੀ ਪਾਈ ਅਸੀਂ ਕਰਾਂਗੇ ਪਰ ਪਹਿਲਾਂ ਸਾਡਾ ਮੰਗਾ ਮੰਨੀਆਂ ਜਾਣ ਉਹਨੂੰ ਰੁਲਧਿਆਣਾ ਦੇਖੀਏ ਮੰਗਾ ਮੰਨ ਲਈਆਂ ਜਾਣ ਸਸਕਾਰ ਹੋ ਜਾਵੇ 6 ਮਹੀਨੇ ਚੱਲ ਰਿਹਾ ਹਲੇ ਤੱਕ ਕੁਝ ਨਹੀਂ ਬਣਿਆ ਜੋ ਹਾਲਾਤ ਬਣੇ ਆ ਪਤਾ ਨਹੀਂ ਕੀ ਬਣਨਾ ਦੇਖੋ ਇੱਕ ਗੱਲ ਬੜੀ ਕੌੜੀ ਐ ਇਹ ਟੂਣ ਜ਼ਾਬਤਾ ਲੱਗ ਜਾਣਾ ਮਾਰਚ ਦੇ ਦੂਜੇ ਹਫ਼ਤੇ ਦੇ ਵਿੱਚ ਮੇਰਾ ਖਿਆਲ ਹੂੰ ਉਸ ਤੋਂ ਬਾਅਦ ਰਾਜਨੀਤਿਕ ਟਕੜੰਬਾਜ਼ੀਆਂ ਸ਼ੁਰੂ ਹੋ ਜਾਣੀਆਂ ਇਹਦਾ ਪਟਕੇ ਬੰਦਾ ਇੱਧਰ ਲਿਆਂਦਾ ਇੱਧਰ ਲਈ ਇੱਧਰਲਾ ਲੈ ਗੇ ਵੋਟਾਂ ਇੱਧਰ ਲੀਆਂ ਭੰਣੀਆਂ ਐ ਆ ਇੱਧਰ ਲੀਆਂ ਤੋੜਨੀਆਂ ਇਉਂ ਆ ਸ਼ੁਭ ਕਰਨ ਜੇ ਅੱਜ 100 ਬੰਦੇ ਨੂੰ ਚੇਤੇ ਆ ਤਾਂ ਇਹ ਦਸਾਂ ਨੂੰ ਵੀ ਚੇਤੇ ਨਹੀਂ ਰਹਿਣਾ ਸਹੀ ਇਹ ਪਿੰਡ ਵਾਲਿਆਂ ਨੂੰ ਰਿਸ਼ਤੇਦਾਰਾਂ ਨੂੰ ਤੇ ਪਰਿਵਾਰ ਦੇ ਮੈਂਬਰਾਂ ਨੂੰ ਚੇਤੇ ਰਹਿ ਜਾਣਾ ਰਾਜਨੀਤਿਕ ਲੋਕਾਂ ਦੀਆਂ ਕਲਾਬਾਜ਼ੀਆਂ ਹੋਰ ਤਰ੍ਹਾਂ ਦੀਆਂ ਹੋਣਗੀਆਂ ਸੋ ਇਸ ਕਰਕੇ ਭਾਈ ਵੇਲੇ ਸਾਰੀ ਗੱਲ ਮੰਨਣੀ ਵੀ ਚਾਹੀਦੀ ਹੈ ਮਨਾਉਣੀ ਵੀ ਚਾਹੀਦੀ ਹੈ ਤੇ ਮਸਲੇ ਦਾ ਹੱਲ ਹੋਣਾ ਚਾਹੀਦਾ ਜੀ ਜੀ ਬਿਲਕੁਲ ਸਹੀ ਉਹ ਵੀ ਹਾਜ਼ਰ ਹੈ ਚੰਚਦਾ ਵੀਚਾ ਟਾਣਾ ਸਾਹਿਬ ਜਿਹੜੇ ਲੋਕ ਹੋਛੀਆਂ ਗੱਲਾਂ ਕਰਦੇ ਨੇ ਨਾ ਪਤਾ ਨਹੀਂ ਉਹਨਾਂ ਨੂੰ ਅਕਲ ਕਦੋਂ ਆਊਗੀ ਇਹ ਸ਼ਬਦ ਕਿਸੇ ਨੂੰ ਕ੍ਰੱਖਤ ਲੱਗ ਸਕਦੇ ਨੇ ਕੌੜੇ ਲੱਗ ਸਕਦੇ ਨੇ ਪਰ ਜਦੋਂ ਇਹੋ ਜਿਹੀਆਂ ਹਰਕਤਾਂ ਕਰਦੇ ਨੇ ਤਾਂ ਇਹੋ ਜੇ ਸ਼ਬਦ ਵਰਤਣੇ ਪੈਂਦੇ ਨੇ ਨਾ ਚਾਹੁੰਦੇ ਹੋਏ ਵੀ ਪੈਂਦੇ ਨੇ ਆ ਪਹਿਲਾਂ ਵੀ ਥੋੜੇ ਦਿਨ ਪਹਿਲਾਂ ਤੁਹਾਨੂੰ ਯਾਦ ਹੋਗਾ ਆਪਾਂ ਇਸੇ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਸੀ ਇੱਕ ਪਿੰਡ ਤੋਂ ਇਹ ਖਬਰ ਆਈ ਸੀ ਕਿ ਉੱਥੇ ਗਾਣਾ ਜਿਹੜਾ ਆ ਉਹਨੂੰ ਬਦਲਣ ਨੂੰ ਲੈ ਕੇ ਆਪਣੀ ਪਸੰਦ ਦਾ ਗਾਣਾ ਚਲਾਉਣ ਨੂੰ ਲੈ ਕੇ ਤੇ ਗੋਲੀ ਚੱਲੀ ਸੀ ਜਿਹਦੇ ਵਿੱਚ ਇੱਕ ਨੱਚ ਦਾ ਮੁੰਡਾ ਜਿਹੜਾ ਉਹਦੀ ਮੌਤ ਹੋ ਗਈ ਸੀ ਹੈਨਾ ਇਹੋ ਜਿਹੀ ਹੀ ਬਿਲਕੁਲ ਡਿੱਟੋ ਸੇਮ ਖਬਰ ਜਿਹੜੀ ਹੈ ਉਹ ਫਿਰ ਤੋਂ ਸਾਹਮਣੇ ਆਈ ਹੈ ਤਰਨਤਾਰਨ ਤੋਂ ਉੱਥੋਂ ਦਾ ਇੱਕ ਪਿੰਡ ਹੈ ਦੁਬਲੀ ਉੱਥੋਂ ਸਾਹਮਣੇ ਆਈ ਹੈ ਜੀ ਦੇਖੋ ਮੈਂ ਅੱਗੇ ਵੀ ਬੇਨਤੀ ਕਰਦਾ ਹੁੰਨਾ ਕਿ ਪੰਜਾਂ ਪਾਣੀਆਂ ਦੀ ਧਰਤੀ ਹੈ ਯੋਧਿਆਂ ਦੀ ਧਰਤੀ ਹੈ ਆਂਖੀਆਂ ਦੀ ਧਰਤੀ ਹੈ ਪੰਜਾਬ ਬਹਾਦਰਾਂ ਦੀ ਧਰਤੀ ਹੈ ਪੰਜਾਬ ਇਹ ਗੱਲਾਂ ਸੱਚੀਆਂ ਪਰ ਜਿਹੜਾ ਅਜਿਹਾ ਸਮਾਂ ਇਹ ਕਿਤੇ ਲਾਈ ਲੱਗਾਂ ਦੀ ਧਰਤੀ ਤਾਂ ਨਹੀਂ ਹੈ ਪੰਜਾਬ ਫੁਕਰਿਆਂ ਦੀ ਧਰਤੀ ਇੱਕ ਤੇ ਫੁਕਰਿਆਂ ਦੀ ਧਰਤੀ ਤਾਂ ਨਹੀਂ ਹੈ ਪੰਜਾਬ ਇੱਥੇ ਇੰਨੀ ਫੁਕਰ ਕਰਦੀ ਕਿਉਂ ਚੱਲਦੀ ਹੈ ਹੋਛੈਂੜੀ ਧਰਤੀ ਤਾਂ ਨਹੀਂ ਮੰਨ ਰਹੀ ਪੰਜਾਬ ਸਾਰਿਆਂ ਦੀ ਗੱਲ ਨਹੀਂ ਮੈਂ ਕਰਦਾ ਪਰ ਸਭ ਨੂੰ ਪਤਾ ਹੀ ਹੁੰਦਾ ਕਿ ਮੈਂ ਕਿੰਨੇ ਕੁ ਜੋਗਾ ਤੇ ਮੈਂ ਚੱਕਵੀਂ ਗੱਲ ਕਿਵੇਂ ਕਰਦਾ ਸਹੀ ਸਾਡੇ ਪੰਜਾਬੀਆਂ ਦੇ ਇੱਕ ਹਿੱਸੇ ਦੇ ਵਿੱਚ ਚੱਕਵੀਆਂ ਗੱਲਾਂ ਆਈਆਂ ਆਰ ਲਾ ਲਾ ਕੇ ਬੋਲਣਾ ਹਰ ਕਿਸੇ ਦੇ ਉੱਤੇ ਸਾੜਾ ਕਰਨਾ ਦੂਜੇ ਨੂੰ ਦਿਖਾਉਣ ਦੇ ਲਈ ਜੱਬ ਪਉਣਾ ਕੋਈ ਨਾ ਕੋਈ ਫੁਕਰ ਕਰਦੀ ਕਰਨੀ ਇਹ ਵੀ ਸਾਡੇ ਪੰਜਾਬੀਆਂ ਦੇ ਹਿੱਸੇ ਦੇ ਵਿੱਚ ਆਈ ਹੈ ਗੱਲਾਂ ਅਸੀਂ ਸੁਣ ਕੇ ਰਾਜ਼ੀ ਨਹੀਂ ਕਿਉਂਕਿ ਗੱਲਾਂ ਕੌੜੀਆਂ ਅਸੀਂ ਕਦੇ ਲੈ ਇਹ ਵੱਡਾ ਆ ਗਿਆ ਇਹ ਤਾਂ ਸਾਡਾ ਅਕਸ ਖਰਾਬ ਕਰ ਰਿਹਾ ਅਕਸ ਤਾਂ ਉਹਨਾਂ ਨੇ ਖਰਾਬ ਕੀਤਾ ਜਿਹੜੇ ਕਦੇ ਕਿਤੇ ਗੋਲੀ ਚਲਾ ਦਿੰਦੇ ਆ ਕਦੇ ਕਿਤੇ ਗੋਲੀ ਚਲਾ ਦਿੰਦੇ ਆ ਅਸੀਂ ਹਕੀਕਤ ਮੰਨ ਕੇ ਰਾਜ਼ੀ ਨਹੀਂ ਨਾ ਟੇਰਾ ਸਾਹਿਬ ਜਿਹੜੇ ਤਮਾਸ਼ਾ ਦੇਖਦੇ ਆ ਇੱਥੇ ਕੋਈ ਬੰਦਾ ਮਰ ਰਿਹਾ ਹੁੰਦਾ ਸੜਕ ਤੇ ਤੇ 50 ਜਣੇ ਵੀਡੀਓ ਬਣਾਉਂਦੇ ਤੇ 5 ਜਣੇ ਉਹਨੂੰ ਹੱਥ ਨਹੀਂ ਲਾਉਂਦੇਗੇ ਤੁਹਾਨੂੰ ਯਾਦ ਹੈ ਜਣਾ ਸਾਹਿਬ ਮਾਫ ਕਰਨਾ ਇਸ ਖਬਰ ਵਾਲ ਜਾਣ ਤੋਂ ਪਹਿਲਾਂ ਮੈਨੂੰ ਤੁਹਾਡੀ ਗੱਲ ਤੋਂ ਖਬਰ ਚਿੱਤੇ ਆ ਗਈ ਕਿ ਇੱਕ ਖਬਰ ਆਈ ਸੀ ਸੜਕ ਦੇ ਉੱਪਰ ਗੱਡੀ ਜਿਹੜੀ ਉਹ ਸੜ ਰਹੀ ਸੀ ਜਦੇ ਵਿੱਚ ਇੱਕ ਜਿਉਂਦਾ ਬੰਦਾ ਜਿਹੜਾ ਉਹ ਸੜ ਗਿਆ ਸੀ ਤੇ ਲੋਕ ਕੋਲ ਖੜੇ ਕੱਲੇ ਵੀਡੀਓਜ਼ ਹੀ ਬਣਾਉਂਦੇ ਰਹੇ ਆਪਣੇ ਮੋਬਾਈਲ ਕੱਢ ਕੇ ਤੇ ਉਹਨੂੰ ਕੈਮਰੇ 'ਚ ਹੀ ਕੈਦ ਕਰਦੇ ਰਹੇ ਕਿਸੇ ਨੇ ਬਚਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਵੀ ਜੇ ਉਹ ਬਚਾਇਆ ਜਾਂਦਾ ਕੋਸ਼ਿਸ਼ ਕੀਤੀ ਜਾਂਦੀ ਸ਼ਾਇਦ ਉਹ ਬੰਦਾ ਬਚ ਜਾਂਦਾ ਪਰ ਨਹੀਂ ਸਾਨੂੰ ਤਾਂ ਇਹ ਆ ਵੀ ਮੈਂ ਸਭ ਤੋਂ ਪਹਿਲਾਂ ਦਿਖਾਇਆ ਸੜਦਾ ਬੰਦਾ ਵਿਊ ਮੇਰੇ ਵੱਧ ਆ ਗਏ ਲਾਈਕ ਮੇਰੇ ਵੱਧ ਫੋਲੋਅਰ ਮੇਰੇ ਵੱਧ ਗਏ ਇਹਨਾਂ ਚੱਕਰਾਂ 'ਚ ਅ ਵੇਰ ਕੋਲ ਤੇ ਜਿਹੜੀ ਵੀ ਤਰਨ ਤਰਨ ਵਾਲੀ ਗੱਲ ਕੀਤੀ ਆ ਇੱਥੇ ਪਤਾ ਲੱਗਾ ਜੀ ਕਿ ਕਿ ਵਿਆਹ ਵਾਲੇ ਘਰ ਦੇ ਵਿੱਚ ਡੀਜੇ ਲੱਗਾ ਤੇ ਦੋ ਧਿਰਾਂ ਗੀਤ ਬਦਲਾਉਣ ਦੇ ਪਿੱਛੇ ਲੜ ਪਈਆਂ ਹਾਂਜੀ ਇੱਕ ਮੇਰਾ ਖਿਆਲ ਆ ਵੀ ਨਾਨਕਿਆਂ ਦੇ ਵਿੱਚੋਂ ਇੱਕ ਗਵੰਡੀਆਂ ਦੇ ਵਿੱਚੋਂ ਜੀ ਇੱਕ ਨੇ ਕਿਹਾ ਵੀ ਆਹ ਗਾਣਾ ਲਾਉਣਾ ਦੂਜੇ ਨੇ ਕਿਹਾ ਆਹ ਗਾਣਾ ਲਾਉਣਾ ਇਸ ਗੱਲ ਦੇ ਉੱਤੇ ਰੌਲਾ ਪੈ ਗਿਆ ਰੌਲੇ ਤੋਂ ਬਾਅਦ ਇੱਟਾਂ-ਵੱਟੇ ਚੱਲਣ ਲੱਗ ਪਏ ਸਹੀ ਲੜ ਪਏ ਆਪਸ ਦੇ ਵਿੱਚ ਭੜ ਭੜ ਮੂਰਖਾਂ ਵਾਂਗੂ ਤੇ ਫਿਰ ਛਡਾਉਣ ਵਾਲਾ ਬੰਦਾ ਜਿਹੜਾ ਮੇਰੇ ਖਿਆਲ ਚਾਚਾ ਉਹ ਜੀ ਛਡਾਉਣ ਵਾਲੇ ਬੰਦੇ ਦੇ ਸਿਰ ਦੇ ਵਿੱਚ ਇੱਟ ਵੱਜੀ ਆ ਉਹਦੀ ਮੌਤ ਹੋ ਬੇ ਤੁਸੀਂ ਇਹਨੇ ਫੁਕਰੇ ਲੋਕ ਤੁਸੀਂ ਇੱਟਾਂ ਚਲਾਉਨੇ ਹੋ ਤੁਹਾਨੂੰ ਲੱਖ ਦੀ ਲਾਹਣਤਾ ਲਾਹਣਤਾ ਵੀ ਥੋੜੀਆਂ ਵੀ ਤੁਹਾਨੂੰ ਅਕਲ ਹੀ ਨਹੀਂ ਆਈ 10 10 ਮੀਟਰ ਦੀਆਂ ਗੱਲਾਂ ਕਰਦੇ ਹੋਣਗੇ 100 100 ਮੀਟਰ ਦੀਆਂ ਗੱਲਾਂ ਕਰਦੇ ਹੋਣਗੇ ਸਮਾਜ ਐਦਾਂ ਹੁੰਦਾ ਹੈ ਸਮਾਜ ਜਿਹੜੋ ਚਲਾਉਣੇ ਇੱਟਾਂ ਚਾਉਣ ਲੱਗ ਜਾਣੇ ਨਹੀਂ ਨਹੀਂ ਗੱਲ ਕਿੱਡੀ ਕੁ ਵੱਡੀ ਆ ਇਹ ਟਹਿਣਾ ਸਾਹਿਬ ਘਰੇ ਸੁਣ ਲਓ ਨਾ ਉਹ ਵਿਆਹ ਤੇ ਹਰ ਇੱਕ ਦੇ ਹੱਥ ਚ ਮੋਬਾਈਲ ਫੋਨ ਫੜਿਆ ਆਪਣੇ ਮੋਬਾਈਲ ਤੇ YouTube ਲਾ ਕੇ ਸੁਣੀ ਜਾਊ ਗਾਣੇ ਜਿਹੜੇ ਸੁਣਨੇ ਨੇ ਤੁਹਾਨੂੰ ਕਿਹੜੀ ਚੰਡੀ ਚੜੀ ਸੀ ਵੀ ਭਾਈ ਨੱਚੜਾ ਹੀ ਇਸ ਗਾਣੇ ਤੇ ਤੁਸੀਂ ਵੇਖੋ ਨਾਲੇ ਤਾਂ ਅਗਲੇ ਦਾ ਵਿਆਹ ਜਿਹਦਾ ਵਿਆਹ ਹੋਏਗਾ ਉਹ ਘਰ ਦਾ ਮਾਹੌਲ ਖਰਾਬ ਕੀਤਾ ਇੱਕ ਉਹਨਾਂ ਦੇ ਘਰ ਦੇ ਵਿੱਚੋਂ Laash ਹੋਣ ਚੁੱਕੀ ਜਾਊਗੀ ਹਨਾ ਵੀ ਉਹ ਵਿਚਾਰਾ ਜਿਹੜਾ ਜਾਗਦਾ ਬੰਦਾ ਉਹਦਾ ਕਸੂਰ ਕਿਸੇ ਤੋਂ ਉਹਨੇ ਛੁਡਾ ਰਿਆ ਸੀ ਤੇ ਉਹ ਉਹ ਵਿਚਾਰਾ ਤੁਸੀਂ ਉਹਦਾ ਉਹਦਾ ਕਤਲ ਕਰ ਦਿੱਤਾ ਹਨਾ ਤੇ ਉਸ ਤੋਂ ਬਾਅਦ ਕੀ ਗੱਲ ਕੀ ਸੀ ਗਾਣਾ ਲਾਉਣਾ ਸੀ ਆਖੇ ਆ ਹੁਣ ਜਾ ਕੇ ਜੇਲ੍ਹ ਚ ਸੁਣੀ ਜਾਊ ਗਾਣੇ ਵਾਂਸਵੰਨੇ ਦੱਸਣਗੇ ਤੁਹਾਨੂੰ ਫਿਰ ਮੇਰੀ ਬੇਨ ਤੁਹਾਡੇ ਤੇ ਬਹੁਤ ਮਾਣ ਹੈ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਸੋਹਿਰਦ ਵੀ ਹਨ ਜੀ ਪੰਜਾਬੀਆਂ ਕਰਕੇ ਹੀ ਪੰਜਾਬ ਬਚਿਆ ਹੈ ਹਮ ਪਰ ਜਿਹੜੇ ਵੀ ਫੁਕਰੇ ਆ ਫੁਕਰੇ ਪੰਜਾਬਗਾਂ ਨੂੰ ਬੇਨਤੀ ਆ ਵੀ ਭਾਈ ਹੋਛੀਆਂ ਗੱਲਾਂ ਨਾ ਕਰਿਆ ਕਰੋ ਜਿੰਨੇ ਕੁ ਜੋਗੇ ਹਾਂ ਓਨਾਂ ਹੀ ਗੱਲ ਕਰਿਆ ਕਰਗੇ ਜਿੰਨੇ ਕੁ ਜੋਗੇ ਹਾਂ ਉਹਨਾਂ ਕੋ ਉਪਰਾਲਾ ਕਰਿਆ ਕਰਗੇ ਟੈਣਾ ਸਾਹਿਬ ਕੱਲਾ ਕੱਲਾ ਬੰਦਾ ਆਪਣੀ ਕੌਮ ਦੀ ਆਪਣੇ ਮੁਲਕ ਦੀ ਆਪਣੇ ਪਰਿਵਾਰ ਦੀ ਆਪਣੀ ਆਪਣੇ ਭਾਈਚਾਰੇ ਦੀ ਪ੍ਰਤੀਨਿਧਤਾ ਕਰਦਾ ਪਤਾ ਲੱਗਦਾ ਵੀ ਜਦੋਂ ਇੱਕ ਇਨਸਾਨ ਹੁੰਦਾ ਨਾ ਕੋਈ ਮੰਨ ਲਓ ਕਿਸੀਂ ਆਪਾਂ ਬਾਹਰਲੇ ਮੁਲਕ ਦੇ ਵਿੱਚ ਗਏ ਆ ਤਾਂ ਇੱਕ ਬੰਦੇ ਨੂੰ ਵੇਖ ਕੇ ਅੰਦਾਜ਼ਾ ਲਾਉਂਦੇ ਆ ਵੀ ਇਹਨਾਂ ਦੀ ਜਿਹੜੀ ਬਰਾਦਰੀ ਹੋ ਕਿਹੋ ਜੀ ਹੋਊਗੀ ਇਹਨਾਂ ਦੀ ਕਮਿਊਨਿਟੀ ਕਿਹੋ ਜੀ ਹੋਊਗੀ ਇਹਨਾਂ ਦਾ ਮੁਲਕ ਕਿਹੋ ਜਿਹਾ ਹੈ ਇਹਨਾਂ ਦਾ ਸੂਬਾ ਕਿਹੋ ਜਿਹਾ ਹੈ ਤੇ ਜੇ ਇਦਾਂ ਦੇ ਫੁਕਰਿਆਂ ਨੂੰ ਉਹ ਵੇਖਣਗੇ ਤੇ ਬਾਕੀਆਂ ਬਾਰੇ ਕੀ ਸੋਚਣਗੇ ਤੁਸੀਂ ਦੱਸੋ ਜਿਹੜੀ ਉਹ ਵੀ ਵਾਇਰਲ ਹੁੰਦੀਆਂ ਜਿਹੜਾ ਅਸੀਂ ਪੰਜਾਬ ਦੇ ਲੋਕ ਪੰਜਾਬ ਦੇ ਵਿੱਚ ਕੜੀ ਕੋਲਦੇ ਆ ਨਾ ਇਹ ਵੀ ਵੀਡੀਓ ਵਾਇਰਲ ਹੁੰਦੀਆਂ ਤੇ ਬਾਕੀ ਭਾਈਚਾਰਿਆਂ ਵਾਲੇ ਲੋਕ ਇਹ ਵੀ ਗੱਲ ਕਹਿੰਦੇ ਹੁਣੇ ਵੀ ਯਾਰ ਹੈ ਤਾਂ ਇਹ ਬਹੁਤ ਮਹ ਪਰ ਇਹਨਾਂ ਦੇ ਵਿੱਚ ਆਹ ਕੰਗਿਆਰੀ ਕਿੱਥੋਂ ਆ ਗਈ ਜੀ ਬਿਲਕੁਲ ਇਹਨਾਂ ਕਰਕੇ ਜਿਹੜੇ ਮਿਹਨਤਾਂ ਕਰਨ ਵਾਲੇ ਲੋਕ ਨੇ ਉਹ ਵੀ ਸਾਰੇ ਬਦਨਾਮ ਹੁੰਦੇ ਨੇ ਬਿਲਕੁਲ ਲੋ ਆ ਵੀ ਹਾਜ਼ਰ ਹੈ ਜੱਜ ਦਾ ਵਿਚਾਰ ਪ੍ਰਾਈਮੇਸ਼ੀਆ ਟੀਵੀ ਤੇ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਚੱਜ ਦਾ ਵਿਚਾਰ ਦੇਖ ਰਹੇ ਹੋ ਤੁਸੀਂ ਮੈਂ ਹਰਮਨ ਥਿੰਦ ਮੇਰੇ ਨਾਲ ਨੇ ਸਵਰਨ ਸਿੰਘ ਟੈਣਾ ਤੇ ਹੁਣ ਅਗਲੀਆਂ ਖਬਰਾਂ ਵੱਲ ਵਧੇਰ ਜਨਾਬ ਆਉਣ ਦਿਓ ਦੇਖੋ ਖਬਰ ਇੱਕ ਤਾਂ ਜਿਹੜੀ ਕਿ ਮੀਡੀਆ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਆ ਕਿ ਸਿੱਧੂ ਮੂਸੇਵਾਲਾ ਦੇ ਘਰ ਦੇ ਵਿੱਚ ਖੁਸ਼ੀਆਂ ਦਾ ਪੈਰ ਧਰਾਵਾ ਹੋਣ ਲੱਗਾ ਜੀ ਇਸ ਗੱਲ ਦੇ ਉੱਤੇ ਤਸੱਲੀ ਆ ਸਿੱਧੂ ਦੀ ਮੌਤ ਦਾ ਕਤਲ ਦਾ ਦੁੱਖ ਆ ਸਭ ਨੂੰ ਇਨਸਾਫ ਮਿਲਣਾ ਹੀ ਚਾਹੀਦਾ ਇਹ ਗੱਲ ਬੜੀ ਸਾਫ਼ ਆ ਪਰ ਹੁਣ ਉਹਨਾਂ ਦੇ ਘਰ ਦੇ ਵਿੱਚ ਖੁਸ਼ੀਆਂ ਦੀ ਖਬਰ ਆਈ ਆ ਦੇਖੋ ਇਹਦਾ ਅੰਦਾਜ਼ੇ ਕਈ ਲੋਕ ਬਿਨਾਂ ਜਾਣਕਾਰੀ ਦੇ ਲਾਉਂਦੇ ਰਹਿੰਦੇ ਸਭ ਇਉਂ ਹੋ ਜਾਣਾ ਚਾਹੀਦਾ ਹੈ ਬੱਚਾ ਗੋਦ ਲੈ ਲੈਣਾ ਚਾਹੀਦਾ ਹੈ ਉਹ ਇਸ ਤਰੀਕੇ ਨਾਲ ਹੋਣਾ ਚਾਹੀਦਾ ਹੈ ਚਲੋ ਇਹ ਉਹਨਾਂ ਦੇ ਪਰਿਵਾਰ ਦੀਆਂ ਨਿੱਜੀ ਗੱਲਾਂ ਇਹਦੇ ਵਿੱਚ ਨਾ ਤਾਂ ਕੋਈ ਰਾਏ ਦੇ ਸਕਦਾ ਨਾ ਕਿਸੇ ਨੂੰ ਸੋਸ਼ਲ ਮੀਡੀਆ ਦੇ ਉੱਤੇ ਆਪਦਾ ਚੱਲਜਾ ਖਿਲਾਰਨਾ ਚਾਹੀਦਾ ਪਰ ਹੁਣ ਜਿਹੜੀ ਖਬਰ ਆਈ ਆ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਨੇ ਜਿਹੜੇ ਉਹਨਾਂ ਦੇ ਵੱਲੋਂ ਮਾਰਚ ਮਹੀਨੇ ਦੇ ਵਿੱਚ ਤੇ ਬੱਚੇ ਨੂੰ ਜਨਮ ਦਿੱਤਾ ਜਾਊਗਾ ਜੀ ਤੇ ਉਹਨਾਂ ਦੇ ਘਰ ਦੇ ਵਿੱਚ ਖਲਕਾਰੀ ਫੇਰ ਖੁਸ਼ੀਆਂ ਦੀ ਗੂੰਜੂਗੀ ਦੇਖੋ ਜਿਹੜਾ ਬੱਚਾ ਅੱਜ ਪੈਦਾ ਹੋਇਆ ਉਹਨੇ 20 ਸਾਲ ਬਾਅਦ 18 ਸਾਲ ਬਾਅਦ ਜਵਾਨ ਹੋਣਾ ਉਹ ਤੰਦਰੁਸਤ ਰਵੇ ਚੜ੍ਹਦੀ ਕਲਾ ਦੇ ਵਿੱਚ ਰਹੇ ਸਾਰੀ ਚੜ੍ਹਦੀ ਕਲਾ ਦੇ ਵਿੱਚ ਰਹਿਣ ਸਹੀ ਪਰ ਗੱਲ ਇਹ ਹੈ ਵੀ ਜ਼ਿੰਦਗੀ ਜਿਉਣ ਦੇ ਲਈ ਇੱਕ ਸਹਾਰਾ ਜ਼ਰੂਰ ਚਾਹੀਦਾ ਚਾਹੀਦਾ ਹਰ ਕਿਸੇ ਨੂੰ ਚਾਹੀਦਾ ਹਰ ਇਨਸਾਨ ਚਾਹੁੰਦਾ ਗਰੀਬ ਹੋਵੇ ਅਮੀਰ ਹੋਵੇ ਦਰਮਿਆਨਾ ਹੋਵੇ ਕਿਸੇ ਵੀ ਖੇਤਰ ਨਾਲ ਜੁੜਿਆ ਹੋਵੇ ਉਹ ਚਾਹੁੰਦਾ ਯਾਰ ਕਿ ਮੇਰੀ ਨਾ ਬੁਢਾਪੇ ਦੇ ਵਿੱਚ ਜਾਂ ਬੰਦਾ ਕਰੇ ਯਾਰ ਮੈਂ ਜ਼ਿੰਦਗੀ ਦੇ ਵਿੱਚ ਕੁਝ ਕਰਨਾ ਤਾਂ ਹੈ ਨਾ ਮੈਂ ਆਰਤਾ ਲੱਗਣਾ ਨਾ ਮੇਰਾ ਕੋਈ ਆਪਣਾ ਤਾਂ ਹੋਵੇ ਨਾ ਨਹੀਂ ਤਾਂ ਜ਼ਿੰਦਗੀ ਕਿੰਨੀ ਨੀਰਸ ਹੋ ਜਾਂਦੀ ਹੈ ਨਾਲੇ ਗੱਲ ਇਹ ਹੈ ਟਾਣਾ ਸਾਹਿਬ ਇਹਦੇ ਵਿੱਚ ਕੋਈ ਦੋਰਾ ਨਹੀਂ ਚਾਹੇ ਕਿਸੇ ਵੀ ਪਰਿਵਾਰ ਦੀ ਤੁਸੀਂ ਗੱਲ ਕਰ ਲਓ ਲੱਖ ਉਹ ਕਹਿੰਦੇ ਆ ਨਾ ਵੀ ਲੱਖ ਚਾਚੀਆਂ ਤਾਈਆਂ ਹੁਣ ਮਾਵਾ ਮਾਵਾ ਹੀ ਹੁੰਦੀਆਂ ਨੇ ਹੈਨਾ ਇਦਾਂ ਹੀ ਲੱਖ ਤੁਹਾਨੂੰ ਕੋਈ ਵੀ ਆਪਣਾ ਕਵੇ ਵੀ ਮੈਂ ਤੁਹਾਡਾ ਆਪਣਾ ਮੈਂ ਤੁਹਾਡਾ ਆਪਣਾ ਪਰ ਆਪਣਾ ਖੂਨ ਆਪਣਾ ਹੀ ਹੁੰਦਾ ਜਿਹੜੇ ਆਪਣੇ ਨੇ ਉਹ ਆਪਣੇ ਪਰਿਵਾਰ ਕਿਸੇ ਨੇ ਨਹੀਂ ਬਣ ਜਾਣਾ ਲੱਖ ਕਿਉਂਕਿ ਹਰ ਇੱਕ ਦੇ ਆਪਣੇ ਰੁਝੇਵੇਂ ਨੇ ਇੱਚ ਕਿਸੇ ਦਾ ਦੋਸ਼ ਨਹੀਂ ਟਾਣਾ ਸਾਹਿਬ ਆਪਣੇ ਧੀ ਪੁੱਤਰ ਨੂੰ ਬੰਦਾ ਜਦੋਂ ਮਰਜ਼ੀ ਡਾਂਟ ਵੀ ਲੈਂਦਾ ਆਪਣੇ ਧੀ ਪੁੱਤਰ ਨੂੰ ਸਮਝਾ ਵੀ ਲੈਂਦਾ ਆਪਣੇ ਧੀ ਪੁੱਤ ਨੂੰ ਰਾਤ ਬਰਾਤ ਤੇ ਆਵਾਜ਼ ਵੀ ਮਾਰ ਲੈਂਦਾ ਉਹਨੂੰ ਪੜਾਉਂਦਾ ਲਿਖਾਉਂਦਾ ਕਈ ਸੁਪਨੇ ਵੇਖਦਾ ਹੈ ਨਾ ਤੇ ਕਈ ਵਾਰ ਦੂਜੇ ਦੇ ਉੱਪਰ ਇੰਨਾ ਰੋਬ ਇੰਨਾ ਹੱਕ ਚੱਲਦਾ ਨਹੀਂ ਸੋ ਇਹਦੇ ਲਈ ਆਪਣਾ ਕੋਈ ਨਾ ਕੋਈ ਹੋਣਾ ਬਹੁਤ ਜ਼ਰੂਰੀ ਹੈ ਤੇ ਇੱਕ ਚੰਗੀ ਗੱਲ ਹੈ ਦੇਖੋ ਗੱਲ ਇਹ ਆ ਕਿ ਅਸੀਂ ਉਮਰ ਦੇ ਇਸ ਪੜਾ ਦੇ ਉੱਤੇ ਉਹਨਾਂ ਦੀ ਪੀੜ ਨੂੰ ਮਹਿਸੂਸ ਕਰ ਸਕਦੇ ਹਾਂ ਵੀ ਮਾਪੇ ਦੀ ਪੀੜ ਕਿਹੋ ਜੀ ਹੋਗੀ ਤੁਸੀਂ ਕਿਸੇ ਦੇ ਨਾਲ ਸਹਿਮਤੋਂ ਅਸਹਿਮਤੋਂ ਉਹਦਾ ਕੰਮ ਤੁਹਾਨੂੰ ਸਹੀ ਲੱਗਦਾ ਗਲਤ ਲੱਗਦਾ ਇਹ ਬਾਦੀਆਂ ਗੱਲਾਂ ਪਰ ਮਨੁੱਖ ਦੀ ਜ਼ਿੰਦਗੀ ਦੀ ਗੱਲ ਆ ਜਿੱਥੇ ਇੱਕ ਜ਼ਿੰਦਗੀ ਗਈ ਤੇ ਦੋ ਜ਼ਿੰਦਗੀਆਂ ਜਿਹੜੀਆਂ ਉਹ ਇਸ ਵੇਲੇ ਕਿਹੜੇ ਹਾਲਾਤ ਦੇ ਵਿੱਚ ਐ ਸਮੇਂ-ਸਮੇਂ ਤੇ ਆਪਾਂ ਦੇਖਿਆ ਸਹੀ ਸੋ ਉਹਨਾਂ ਦੇ ਘਰ ਦੇ ਵਿੱਚ ਪਾਈ ਖੁਸ਼ੀਆਂ ਦੀ ਕਲਕਾਰੀ ਗੂੰਜੇ ਇਹਦੀ ਕਾਮਨਾ ਕਰਦੇ ਆ ਮੁੰਡਾ ਹੋਵੇ ਜਾਂ ਕੁੜੀ ਹੋਵੇ ਉਹ ਤੰਦਰੁਸਤ ਹੋਵੇ ਚੜ੍ਹਦੀ ਕਲਾ ਦੇ ਵਿੱਚ ਹੋਵੇ ਬਿਲਕੁਲ ਹਰ ਇੱਕ ਬੰਦਾ ਜਿਹੜਾ ਹੈ ਟੈਣਾ ਸਾਹਿਬ ਉਹਨੂੰ ਇਹ ਹੱਕ ਹੈ ਖੁਸ਼ ਰਹਿਣ ਦਾ ਹਰ ਇੱਕ ਬੰਦਾ ਖੁਸ਼ ਰਹਿਣਾ ਵੀ ਚਾਹੀਦਾ ਹੈ ਤੇ ਜੋ ਵੀ ਕੋਈ ਵੀ ਪਰਿਵਾਰ ਆਪਣੇ ਲਈ ਚੰਗਾ ਫੈਸਲਾ ਲੈਂਦਾ ਉਹਦਾ ਉਹ ਹੱਕ ਰੱਖਦਾ ਤੇ ਇਹ ਬਹੁਤ ਸੋਹਣਾ ਫੈਸਲਾ ਹਰ ਇੱਕ ਨੂੰ ਜਿਵੇਂ ਤੁਸੀਂ ਸ਼ੁਰੂਆਤ ਚ ਕਿਹਾ ਵੀ ਹਰ ਇੱਕ ਨੂੰ ਇੱਕ ਸਹਾਰੇ ਦੀ ਲੋੜ ਹੁੰਦੀ ਹੈ ਅਸੀਂ ਵੀ ਆਪਣੇ ਮਾਪੇ ਦਾ ਸਹਾਰਾ ਹਾਂਗਾ ਅੱਗੇ-ਅੱਗੇ ਜਿਵੇਂ ਪੀੜ੍hiyan ਚੱਲਣਗੀਆਂ ਸਾਰਿਆਂ ਦੀਆਂ ਓਵੇਂ-ਓਵੇਂ ਅਗਲੇ ਵੀ ਸਹਾਰੇ ਲੱਭਦੇ ਨੇ ਸੋ ਇਹ ਇਹ ਚੰਗੀ ਗੱਲ ਆ ਬਹੁਤ ਤੁਸੀਂ ਮਾਪੇ ਦੇ ਸਹਾਰੇ ਦੀ ਗੱਲ ਕੀਤੀ ਨਾ ਤੇ ਮੈਨੂੰ ਸੱਚੀ-ਮੁੱਚੀ ਉਹ ਫਿਲਮੀ ਦ੍ਰਿਸ਼ ਵਾਂਗੂੰ ਨਾ ਉਹ ਗੱਲਾਂ ਮੂਰੇ ਆ ਗਈਆਂ ਜਦੋਂ ਆਪਾਂ ਮਾਨਾਂ ਵਾਲਾ ਦੇ ਪਿੰਗਲਵਾੜੇ ਚ ਗਏ ਸੀ ਹਾਂਜੀ ਉੱਥੇ ਬਜ਼ੁਰਗਾਂ ਨੂੰ ਮਿਲੇ ਸੀ ਜਦੋਂ ਆਪਾਂ ਪੰਮ ਨੁਕਤਾ ਦੀ ਸੇਵਾ ਵਾਲੇ ਮਿੰਟੂ ਵੀਰ ਕੋਲੇ ਗਏ ਸੀ ਜਦੋਂ ਆਪਾਂ ਗੜਦੇਵਾਲੇ ਪਿੰਡ ਦੇ ਵਿੱਚ ਗਏ ਸੀ ਬਿਰਦਾ ਆਸ਼ਰਮ ਚ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਜਿਹੜਾ ਬਣਿਆ ਹੋਇਆ ਉਹਨਾਂ ਬਿਰਦਾ ਆਸ਼ਰਮਾਂ ਦੇ ਵਿੱਚ ਦੇਖ ਕੇ ਨਾ ਤੇ ਗੱਜ ਭਰ ਆਉਂਦਾ ਕਈ ਬਜ਼ੁਰਗ ਤੇ ਵੀ ਗੱਲ ਦੱਸਦੇ ਆ ਕਿ ਭਾਈ ਮੇਰੇ ਕੋਲੇ 10 ਏਕੜ ਜ਼ਮੀਨ ਸੀ ਮੈਂ ਪੁੱਤ ਤੀ ਦੇ ਨਾਂ ਤੇ ਲਵਾਤੀ ਉਹਨਾਂ ਨੇ ਮੈਨੂੰ ਕੁੱਟ ਕੇ ਬਾਹਰ ਕੱਢਤਾ ਕਈ ਇਹ ਗੱਲ ਕਹਿੰਨੇ ਕਿ ਮੇਰੇ ਆਪਣੇ ਬਾਹਰ ਆ ਉਹ ਇੱਥੇ 5-10 ਹਜ਼ਾਰ ਰੁਪਏ ਆਸ਼ਰਮ ਨੂੰ ਭੇਜ ਦਿੰਦੇ ਆ ਕਾ ਇਹ ਵੀ ਗੱਲ ਕਹਨੇ ਵੀ ਪੁੱਤ ਨੂੰ ਦੇ ਵਿੱਚ ਲੜਾਈ ਨਾ ਪਵੇ ਮੈਂ ਇਸ ਕਰਕੇ ਕਿਨਾਰਾ ਕਰ ਗਿਆ ਕਿਉਂਕਿ ਨੂੰ ਮੈਨੂੰ ਪਸੰਦ ਨਹੀਂ ਕਰਦੀ ਉਹ ਵੱਖੋ ਵੱਖਰੇ ਕਾਰਨ ਆ ਸਭ ਦੇ ਤੇ ਇੱਕ ਬਜ਼ੁਰਗ ਨੇ ਦੱਸੀ ਹੋਈ ਗੱਲ ਮੈਂ ਕਦੇ ਭੁੱਲूंगा ਨਹੀਂ ਉਹਨੇ ਕਿਹਾ ਕਿ ਮੇਰਾ ਪੁੱਤ ਹਰ ਦੀਵਾਲੀ ਤੇ ਮਠਿਆਈ ਦਾ ਡੱਬਾ ਲੈ ਕੇ ਬਿਰਦਾ ਸ਼ਰਮਚਾ ਆ ਜਾਂਦਾ ਉਦਾਂ ਕਦੇ ਨਹੀਂ ਆਇਆ ਤੇ ਮਠਿਆਈ ਮੈਨੂੰ ਹজম ਨਹੀਂ ਆਉਂਦੀ ਮਠਿਆਈ ਮੇਰੀ ਉਮਰ ਦੇ ਇਸ ਪੜਾ ਤੇ 80 ਸਾਲਾਂ ਦੇ ਵਿੱਚ ਮੈਂ ਮਠਿਆਈ ਕਰਨੀ ਵੀ ਕੀ ਆ ਮੇਰੇ ਲਈ ਮਠਿਆਈ ਮੇਰੇ ਪੁੱਤ ਦਾ ਸਾਥ ਆ ਜਿਹੜਾ ਕਿ ਮਿਲਦਾ ਨਹੀਂ ਮੇਰੇ ਲਈ ਉਹੀ ਖੋਆ ਮੇਰੇ ਲਈ ਸਾਰੀਆਂ ਚੀਜ਼ਾਂ ਪਦਾਰਥ ਹੋਈਆਂ ਉਹ ਮੈਨੂੰ ਮਿਲਦਾ ਨਹੀਂ ਤੇ ਇੱਕ ਦਿਨ ਉਹ ਆਉਂਦਾ ਸਿਰਫ ਉਹ ਆਪ ਦੇ ਮਨ ਦੀ ਸੰਤੁਸ਼ਟੀ ਲਈ ਆਉਂਦਾ ਕਿ ਮੈਂ ਵੀ ਆਪਣੇ ਬਾਪੂ ਲਈ ਕੁਝ ਕੀਤਾ ਪਰ ਬਾਪੂ ਕੀ ਚਾਹੁੰਦਾ ਇਹ ਕਦੇ ਉਹਨੇ ਫਿਕਰ ਨਹੀਂ ਕੀਤਾ ਤੇ ਬਾਪੂ ਦੀਆਂ ਜਿਹੜੀਆਂ ਗਿੱਲੀਆਂ ਹੋਈਆਂ ਅੱਖਾਂ ਝੁਰੜੀਆਂ ਵਾਲਾ ਚਿਹਰਾ ਉਹ ਅੱਜ ਵੀ ਮੇਰੇ ਅੱਖਾਂ ਦੇ ਮੂਰੇ ਆ ਜਾਂਦਾ ਵੀ ਯਾਰ ਪੀੜਤਾ ਹੈ ਪਤਾ ਨਹੀਂ ਟਾਣਾ ਸਾਹਿਬ ਕਿਹੋ ਜਿਹਾ ਇਨਸਾਨ ਹੁੰਦੇ ਨੇ ਉਹ ਜਿਨ੍ਹਾਂ ਨੂੰ ਆਪਣੇ ਮਾਪੇ ਆਸ਼ਰਮਾਂ ਦੇ ਵਿੱਚ ਛੱਡਣੇ ਠੀਕ ਲੱਗਦੇ ਨੇ ਪਤਾ ਨਹੀਂ ਕੀ ਮਜਬੂਰੀ ਐ ਕੀ ਸੋਚ ਐ ਕਿਹੋ ਜਿਓ ਲੋਕ ਨੇ ਪਰ ਪਤਾ ਨਹੀਂ ਇਨਸਾਨੇ ਭੁੱਲ ਜਾਂਦਾ ਵੀ ਜਿਹਾ ਬੀਜੋਗੇ ਤੇਹਾ ਵੱਡੋਂਗੇ ਅੱਜ ਅਸੀਂ ਸਾਨੂੰ ਜੇ ਆਪਣੇ ਮਾਬਾ ਬੋਝ ਲੱਗ ਰਹੇ ਨੇ ਕੱਲ ਨੂੰ ਸਾਡੇ ਵੀ ਗਾਂ ਤਿਆਰ ਹੋ ਰਹੇ ਨੇ ਬਿਲਕੁਲ ਸਹੀ ਤੇ ਫਿਰ ਅਸੀਂ ਕਹਿੰਦੇ ਆ ਪਤਾ ਨਹੀਂ ਕਿਹੜੇ ਜਨਮਾਂ ਦੀ ਸਜ਼ਾ ਮਿਲ ਗਈ ਉਹ ਆਹੀ ਮਿਲਦੀ ਐ ਹੂੰ ਜੋ ਕਰਦੇ ਆ ਉਹੀ ਮੁਰੇ ਆਉਂਦਾ ਬਿਲਕੁਲ ਸਹੀ ਆਦੀ ਹਾਜ਼ਰ ਐ ਚੰਚਦਾ ਵੀਚਾ ਹਰਮਨ ਜੀ ਅਕਨ ਖਬਰ ਆਈਆ ਉਹ ਖਬਰ ਸਿਰਫ ਸਿਰਫ ਦੱਸਣ ਤੇ ਪਰਖਣ ਦੇ ਲਈ ਆ ਵੀ ਭਾਈ ਬੰਦੇ ਕੀ ਸੋਚਦੇ ਆ ਕਈ ਵਾਰੀ ਅਸੀਂ ਨਾ ਇਹ ਮਹਿਸੂਸ ਕਰਦੇ ਆ ਵੀ ਯਾਰ ਇਹ ਬੰਦੇ ਦੇ ਤਾਂ ਪਰਨਾ ਜਾਂ ਬੰਨਿਆ ਇਹਦੇ ਪਟਿਆ ਜਾਂ ਪਜਾਮਾ ਪਾਇਆ ਹੂੰ ਲਿਬੜੇ ਜੇ ਲਿੜੇ ਇਹਦੇ ਕੈਂਚੀ ਚੱਪਲ ਪਾਈ ਫਿਰਦਾ ਇਹ ਐਵੇਂ ਹੀ ਹੋਣਾ ਹੋ ਸਕਦਾ ਉਹ ਕੋਈ ਬਹੁਤ ਵੱਡੀ ਹਸਤੀ ਹੋਵੇ ਜੀ ਪਰ ਉਹਨੂੰ ਚੰਗਾਈ ਐ ਲੱਗਦਾ ਹੋਵੇ ਕਈ ਲੋਕ ਸਾਦਾ ਰਹਿਣਾ ਪਸੰਦ ਕਰਦੇ ਨੇ ਤੇ ਉਹ ਇਹ ਮਹਿਸੂਸ ਹੀ ਨਾ ਕਰਦਾ ਹੋਵੇ ਵੀ ਕਿਸੇ ਨੂੰ ਕਿਵੇਂ ਲੱਗਦਾ ਹੂੰ ਉਹ ਸਾਦਗੀ ਦੇ ਸਵਾਦ ਦੇ ਵਿੱਚ ਰਹਿੰਦਾ ਹੋਵੇ ਹੂੰ ਉਹਨੂੰ ਐ ਹੀ ਲੱਗਦਾ ਹੋਵੇ ਜਿਵੇਂ ਉਹ ਖੋ ਦਾ ਬੂਟ ਪਾ ਕੇ ਤਾਂ ਠੀਕ ਨਾ ਮਹਿਸੂਸ ਕਰਦਾ ਹੋਵੇ ਪੈਂਟ ਤੁਸੀਂ ਜਿੰਨੀ ਮਰਜ਼ੀ ਮਹਿੰਗੀ ਲੈ ਰਹੇ ਹੋ 20000 ਵਾਲੀ ਪੈਂਟ ਲੈ ਰਹੇ ਹੋ ਉਹਨੂੰ ਚੰਗੀ ਤਾਂ ਲੱਗਦੀ ਹੋਵੇ ਹਰ ਇੱਕ ਦੀ ਆਪਣੀ ਮਰਜ਼ੀ ਹੈ ਟਾਣਾ ਸਾਹਿਬ ਵੀ ਉਹਨੇ ਕਿਵੇਂ ਦਾ ਬਣ ਕੇ ਰਹਿਣ ਬੰਗਲੌਰ ਦੇ ਰਾਜਾਜੀ ਨਗਰ ਰੇਲਵੇ ਸਟੇਸ਼ਨ ਤੋਂ ਖਬਰ ਆਈ ਹੈ ਮੈਟਰੋ ਸਟੇਸ਼ਨ ਤੋਂ ਹੂੰ ਇੱਥੇ ਮੈਟਰੋ ਦੇ ਵਿੱਚ ਇੱਕ ਬਜ਼ੁਰਗ ਵੜਨ ਲੱਗਾ ਉਹਦੇ ਗੰਦੇ ਬੰਦੇ ਕੱਪੜੇ ਪਾਏ ਆ ਪਤਾ ਨਹੀਂ ਕੀ ਕਾਰਨ ਹੋਊਗਾ ਉਹ ਠੀਕ ਨਹੀਂ ਹੈਗਾ ਜਾਂ ਉਹ ਕੀ ਕੀ ਹੋ ਮੈਨੂੰ ਨਹੀਂ ਪਤਾ ਪਰ ਉਹਨੂੰ ਮੈਟਰੋ ਸਟੇਸ਼ਨ ਦੇ ਸੁਰੱਖਿਆ ਅਧਿਕਾਰੀ ਨੇ ਮੈਟਰੋ ਦੇ ਵਿੱਚ ਵੜਨ ਨਹੀਂ ਦਿੱਤਾ ਕਿਉਂ ਉਹ ਕਹਿੰਦਾ ਵੀ ਮੈਂ ਵੜਨ ਨਹੀਂ ਦੇਣਾ ਤੂੰ ਸਾਫ਼ ਸੁਥਰੇ ਕੱਪੜੇ ਨਹੀਂ ਪਾਏ ਉਹ ਕਹਿੰਦਾ ਵੀ ਮੈਂ ਜਾਣਾ ਇੱਕ ਤੋਂ ਦੂਜੀ ਥਾਂ ਤੱਕ ਮੈਨੂੰ ਅੰਦਰ ਜਾਣ ਦੇ ਉਹ ਕਹਿੰਦਾ ਮੈਂ ਜਾਣ ਨਹੀਂ ਦੇਣਾ ਤੇਰੇ ਕੱਪੜੇ ਕਿਹੋ ਜਿਹੇ ਆ ਇਹ ਗੱਲ ਬਹਿਸ ਬੋਸ ਚੱਲੀ ਤੇ ਬਾਅਦ ਵਿੱਚ ਲੋਕ ਆ ਜਿਹੜੇ ਉੱਥੇ ਉਹ ਵੀ ਉਸ ਬਜ਼ੁਰਗ ਦੇ ਹੱਕ ਦੇ ਵਿੱਚ ਆ ਗਏ ਜਿਹਦੇ ਗੰਦੇ ਕੱਪੜੇ ਪਾਏ ਆ ਹੂੰ ਕਿਸੇ ਨੇ ਇਹ ਵੀਡੀਓ ਬਣਾ ਲਈ ਚਲੋ ਉਹ ਸੁਰੱਖਿਆ ਅਧਿਕਾਰੀ ਨੂੰ ਝੁਕੜਾ ਪਿਆ ਤੇ ਬਜ਼ੁਰਗ ਮੈਟਰੋ ਦੇ ਵਿੱਚ ਵੜ ਗਿਆ ਤੇ ਚਲਾ ਗਿਆ ਜਿੱਥੇ ਵੀ ਜਾਣਾ ਠੀਕ ਇਹ ਹੁਣ ਜਦੋਂ ਵੀਡੀਓ ਵਾਇਰਲ ਹੋਈ ਆ ਤੇ ਫਿਰ ਉਸ ਅਧਿਕਾਰੀ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੂੰ ਹੂੰ ਤੇ ਸਟਾਇਰਾ ਕੀ ਨਿਕਲਿਆ ਵੀ ਕੀ ਮੈਟਰੋ ਸਟੇਸ਼ਨ ਕੀ ਰੇਲ ਗੱਡੀਆਂ ਸਿਰਫ ਤੇ ਸਿਰਫ ਸੂਟਡ ਬੂਟਡ ਲੋਕਾਂ ਵਾਸਤੇ ਆ ਹਾਲਾਂਕਿ ਉਹ ਨਹਾਉਂਦਾ ਕਿਉਂ ਨਹੀਂ ਜਾਂ ਉਹ ਨਾਤਾ ਜਾਂ ਨਹੀਂ ਨਾਤਾ ਉਹਦੇ ਕੱਪੜੇ ਇਹੋ ਜਿਹੇ ਕਿਉਂ ਇੱਕ ਵੱਖਰਾ ਵਿਸ਼ਾ ਹੈਗਾ ਹਮ ਪਰ ਜੇਕਰ ਭਾਈ ਉਹ ਕਿਰਾਇਆ ਲਾਉਂਦਾ ਤੇ ਉਹਨੂੰ ਜਾਣ ਦਾ ਅਧਿਕਾਰ ਬਿਲਕੁਲ ਸਹੀ ਜੋ ਕਿਰਾਇਆ ਨਹੀਂ ਲਾਉਂਦਾ ਫਿਰ ਗੱਲ ਵੱਖਰੀ ਐ ਬਹੁਤ ਵਾਰ ਆਪਾਂ ਇਹ ਵੇਖਿਆ ਜਾਨਾ ਸਾਬ ਕਈ ਠੱਗ ਪੂਰੇ ਸੂਟਡ ਬੂਟਡ ਹੋ ਕੇ ਘੁੰਮਦੇ ਨੇ ਹੂੰ ਰੇਲ ਗੱਡੀਆਂ ਚ ਤਾਂ ਆਮ ਹੀ ਆਵੇ ਕਿਸੇ ਬੰਦੇ ਨੂੰ ਕੁਝ ਖਵਾਤਾ ਤੇ ਉਦੋਂ ਬਾਅਦ ਲੱਭਿਆ ਨਹੀਂ ਵੀ ਕਿੱਧਰ ਨੂੰ ਗਿਆ ਹਨਾ ਉਹ ਅਕਸਰ ਹੀ ਉਹ ਸੂਟਡ ਬੂਟਡ ਹੁੰਦੇ ਨੇ ਆਪਾਂ ਜਾਣਦੇ ਆ ਜਿਨ੍ਹਾਂ ਲੋਕਾਂ ਨਾਲ ਵੀ ਠੱਗੀ ਵਜਦੀ ਐ ਇਦਾਂ ਰੇਲ ਦੇ ਵਿੱਚ ਉਹ ਦੱਸਦੇ ਨੇ ਕਿ ਸੂਟਡ ਬੂਟਡ ਬੰਦਾ ਹੀ ਆਇਆ ਸੀ ਸੂਟਡ ਠੱਗੀ ਤੋਂ ਕੱਲ ਮੈਨੂੰ ਚਿੱਤੇ ਆ ਗਈ ਸੂਟਡ ਬੂਟਡ ਤੋਂ ਆ ਮੈਂ ਅੱਜ ਅਖਬਾਰ ਦੇ ਵਿੱਚ ਖਬਰ ਪੜ੍ਹੀ ਐ ਸਾਰੇ ਭੈਣਾ ਵੀਰ ਗੌਰ ਨਾਲ ਸੁਣ ਲਓ ਤੇ ਅਮਲ ਕਰਿਓ ਹਾਂਜੀ ਕ ਬਾਬਾ ਮਿਲਦਾ ਜਿਹੜਾ ਜਿਹਨੇ ਕੋਈ ਭਗਵੇਂ ਲੀੜੇ ਪਾਏ ਆ ਤੇ ਉਹ ਉਹਨੂੰ ਕਹਿੰਦਾ ਜੀ ਕਿ ਬੱਚਾ ਮੈਂ ਫਲਾਣੇ ਆਸ਼ਰਮ ਤੇ ਜਾਣਾ ਤੈਨੂੰ ਪਤਾ ਹੂੰ ਉਹ ਕਹਿੰਦੇ ਬਾਬਾ ਜੀ ਮੈਨੂੰ ਤਾਂ ਪਤਾ ਨਹੀਂ ਇਹ ਕਹਿ ਕੇ ਉੱਥੇ ਤੁਰ ਪਈ ਨਹੀਂ ਬਾਬਾ ਆਪ ਦਾ ਨਿਕਲ ਗਿਆ ਉਹ ਆਪ ਦਾ ਚਲੀ ਗਈ ਅੱਗੇ ਜਦੋਂ ਜਾਂਦੀ ਹੈ ਤਾਂ ਦੋ ਮੋਟਰਸਾਈਕਲ ਸਵਾਰ ਉਹਦੇ ਕੋਲੇ ਆ ਕੇ ਰੁਕਦੇ ਆ ਹੂੰ ਕਹਿੰਦੇ ਭੈਣ ਜੀ ਕੋਈ ਬਾਬਾ ਤਾਂ ਨਹੀਂ ਇੱਧਰ ਦੀ ਲੰਘਦਾ ਵੇਖਿਆ ਕਹਿੰਦੇ ਕੀ ਗੱਲ ਹੋ ਗਈ ਕਹਿੰਦੇ ਵੀ ਉਹ ਤਾਂ ਬਹੁਤ ਕਰਨੀ ਵਾਲਾ ਬਾਬਾ ਜੇਕਰ ਤਾਂ ਸਾਨੂੰ ਮਿਲ ਜੇ ਨਾ ਹੂੰ ਤੇ ਸਾਡਾ ਜੀਵਨ ਸਫਲਾ ਹੋ ਜੇ ਕਿਉਂਕਿ ਸਾਡੇ ਜਿਹੜੇ ਪਰਿਵਾਰਕ ਮੈਂਬਰ ਆ ਉਹਨਾਂ ਦੇ ਘਰ ਦੇ ਵਿੱਚ ਬਰਕਤਾਂ ਇਸ ਬਾਬੇ ਕਰਕੇ ਪਈਆਂ ਪਰ ਇਹ ਮੌਜੀ ਬੰਦਾ ਇਹ ਲੱਭਦਾ ਨੀਗਾ ਉਹ ਕਹਿੰਦੀ ਹੁਣੇ ਇੱਥੋਂ ਗਿਆ ਤੇ ਕਹਿੰਦੀ ਅੱਛਾ ਐਨੀ ਕਰਨੀ ਵਾਲਾ ਬਾਬਾ ਕਹਿੰਦੇ ਹਾਂ ਆਜ ਉਹ ਆਪਾਂ ਭੈਣੇ ਮਿਲ ਲੈਨੇ ਆ ਲੱਭ ਲੈਨੇ ਆ ਲੋ ਜੀ ਅਗਲੀ ਗਲੀ 'ਚ ਬਾਬਾ ਖੜਾ ਸੀ ਉਹ ਘੁੰਮ ਕੇ ਉੱਤੋਂ ਦੀ ਆਏ ਦੋਵੇਂ ਮੁੰਡੇ ਤੇ ਉਹ ਕੁੜੀ ਤੇ ਉਹਦੇ ਪੈਰੀਂ ਹੱਥ ਲਾਏ ਤੇ ਉਹ ਕਹਿੰਦੀ ਕਿ ਮੈਂ ਘਰੋਂ ਤੰਗ ਬਹੁਤ ਆ ਫਲਾਣਾ ਮੇਰਾ ਵੀ ਪਾਰੋ ਤਰਾ ਕਰੋ ਛੰਗੜ ਮੰਗਣ ਤੇ ਗੱਲਾਂ ਕਈਆਂ ਉਹ ਕਹਿੰਦਾ ਬੇਟਾ ਵੀ ਐਂਓ ਕਰੋ ਆਪਣਾ ਜਿਹੜਾ ਕੰਨਾਂ ਦੇ ਵਿੱਚ ਪਾਏ ਆ ਤੇ ਆ ਗਲ ਦੇ ਵਿੱਚ ਜੋ ਪਾਇਆ ਚੇਨੀ ਆਂ ਅੰਗੂਠੀ ਗਾਠੀ ਮੈਨੂੰ ਦੇ ਤੇ ਤੇਰੇ ਘਰ ਦੇ ਵਿੱਚ ਖੁਸ਼ੀਆਂ ਖੁਸ਼ੀਆਂ ਉਹ ਮੁੰਡੇ ਵੀ ਕਰੀ ਜਾਣ ਸਾਡੇ ਘਰ 'ਚ ਜੋ ਵੀ ਹੈ ਬਾਬਾ ਜੀ ਕਰਕੇ ਹੀ ਆ ਅੱਛਾ ਜੀ ਇਹਨਾਂ ਨੂੰ ਦੋ ਮੁੰਡੀਆਂ ਦਿੱਤੀਆਂ ਅੱਜ ਦੋ-ਦੋ ਤਿੰਨ-ਤਿੰਨ ਕਿਲੋ ਸੋਨਾ ਪਿਆ ਕਰੇ ਹੂੰ ਉਹਨੇ ਦਿੱਤੀਆਂ ਬਾਬਾ ਫੁਰਰ ਮੁੰਡੇ ਫੁਰਰ ਤੇ ਹੁਣ ਚੁੰਨੀ ਪਿਓ ਹੀ ਬੈਠੀ ਰੋ ਰੋ ਕੇ ਕਰਨੀ ਵਾਲਾ ਲੱਭ ਰਹੀਆਂ ਹੁਣ ਹਾਂ ਕਹਿੰਦੀ ਮੇਰੇ ਪੱਲੇ ਕੁਝ ਨਹੀਂ ਰਿਹਾ ਤੁਹਾਨੂੰ ਯਾਦ ਹੈ ਜਨਾਬ ਇਹ ਹੁਜੀ ਪਹਿਲਾਂ ਵੀ ਇੱਕ ਵਾਰ ਖਬਰ ਆਈ ਸੀ ਤੇ ਲੋਕ ਤਾਂ ਵੀ ਨਹੀਂ ਸਿੱਖਦੇ ਸੋ ਗੱਲ ਜਿੱਥੋਂ ਆਪਾਂ ਸ਼ੁਰੂ ਕੀਤੀ ਸੀ ਰੇਲ ਤੋਂ ਆਪਾਂ ਗੱਲ ਸ਼ੁਰੂ ਕੀਤੀ ਸੀ ਕਿ ਜੋ ਜੋ ਕੁਝ ਉੱਥੇ ਵਾਪਰਿਆ ਵੀ ਸੌਰੀ ਯਾਦ ਆ ਆਪਾਂ ਇੱਕ ਵਾਰ ਜਦੋਂ ਇੰਗਲੈਂਡ ਜਾਣ ਦਾ ਮੌਕਾ ਮਿਲਿਆ ਸੀ ਤੇ ਉੱਥੇ ਇੱਕ ਥਾਂ ਦੇ ਉੱਪਰ ਜਦੋਂ ਖਾਣ ਪੀਣ ਲੱਗੇ ਤਾਂ ਇੱਕ ਬੰਦਾ ਆ ਉਹਦੇ ਕੱਪੜੇ ਪੇਂਟ ਦੇ ਨਾਲ ਜਿਹੜੇ ਉਹ ਲਿਬੜੇ ਹੋਏ ਸੀ ਕਿਉਂਕਿ ਸ਼ਾਇਦ ਉਹ ਪੇਂਟ ਕਰਨ ਦਾ ਕੰਮ ਕਰਦੇ ਸੀ ਤੇ ਮੈਨੂੰ ਇਹ ਦੇਖ ਕੇ ਬੜਾ ਚੰਗਾ ਲੱਗਿਆ ਸੀ ਕਿ ਜੋ ਇੱਜ਼ਤ ਉੱਥੇ ਸੂਟਡ ਬੂਟਡ ਬੰਦੇ ਨੂੰ ਦਿੱਤੀ ਜਾ ਰਹੀ ਹੈ ਉਹੀ ਇੱਜ਼ਤ ਉਸ ਸ਼ਖਸ ਨੂੰ ਵੀ ਦਿੱਤੀ ਗਈ ਉਹਨੂੰ ਇਹ ਥੋੜੀ ਕਹਿ ਗਿਆ ਵੀ ਤੇਰੇ ਕੱਪੜੇ ਗੰਦੇ ਤੂੰ ਉੱਥੇ ਬਹਿ ਕੇ ਖਾ ਨਹੀਂ ਸਕਦਾ ਉਹ ਬੰਦਾ ਕੰਮ ਕਰਕੇ ਆਇਆ ਜੀ ਤੁਸੀਂ ਉਸ ਬੰਦੇ ਨੂੰ ਪਿਆਰ ਕਰਦੇ ਹੋ ਬੁਲਾਇਆ ਜੀ ਹੁਣ ਇਹ ਆ ਵੀ ਪਾਈ ਕਿਥੋਂ ਦਿਹਾੜੀ ਮਾਰਦਾ ਹਾਂ ਤੇ ਇੱਕ ਉਹ ਪਹਿਲਾਂ ਲੀੜੇ ਲੂੜੇ ਨਵੇਂ ਲੈ ਕੇ ਆਵੇ ਆਪਾਂ ਨੂੰ ਤਾਂ ਫਹਾ ਲੈਣ ਦੀ ਧਿਆਰਤ ਆ ਜੀ ਵਿਆਹ ਕਿਸੇ ਦਾ ਹੋਦਾ ਲੱਖ ਰੁਪਏ ਆਪਾਂ ਖਰਚ ਲੈਣੇ ਆ ਪਤਾ ਨਹੀਂ ਕਿਉਂ ਲੋਕ ਕੱਪੜਿਆਂ ਤੋਂ ਕਿਉਂ ਜੱਜ ਕਰਦੇ ਨੇ ਕਿ ਉਹ ਇਹ ਫੈਸਲੇ ਤੇ ਪਹੁੰਚ ਨੇ ਫਲਾਣਾ ਬੰ ਹਰ ਇੱਕ ਦੀ ਮਰਜ਼ੀ ਆ ਉਹਨੇ ਕੀ ਪਾਉਣਾ ਹੈ ਕੀ ਨਹੀਂ ਪਾਉਣਾ ਉਹਦੀ ਆਪਣੀ ਵੀ ਕੋਈ ਨਿੱਜੀ ਜ਼ਿੰਦਗੀ ਅਸੀਂ ਕਹਿੰਦੇ ਸਾਡੀ ਜ਼ਿੰਦਗੀ ਚ ਕੋਈ ਝਾਤ ਨਾ ਮਾਰੇ ਤਾਂ ਆਪਾਂ ਦੂਜੇ ਦੀ ਚੀਜ਼ ਕਿਉਂ ਮਾਰਦੇ ਆ ਬਿਲਕੁਲ ਸਹੀ ਉਹ ਆ ਵੀ ਹਾਜ਼ਰ ਹੈ ਚੰਚੀ ਦਾ ਵੀ ਚਾਹ ਹਰਮਨ ਜੀ ਬਹੁਤ ਦੁਖਦਾਈ ਖਬਰ ਆ ਸਾਰੇ ਹੀ ਸਾਡੇ ਪਰਿਵਾਰਕ ਮੈਂਬਰਾਂ ਨੂੰ ਹੁਣ ਤੱਕ ਪਤਾ ਲੱਗੀ ਹੋਣੀ ਆ ਕਿ ਪੰਕਜ ਉਦਾਸ ਸਾਹਿਬ ਇਸ ਦੁਨੀਆ ਦੇ ਉੱਤੇ ਨਹੀਂ ਜੀ ਅਸੀਂ ਮੈਂ ਪਹਿਲਾਂ ਬੜੀ ਸਾਫ਼ ਕਰ ਦਿਆਂ ਗੱਲ ਕਿ ਪੰਕਜ ਉਦਾਸ ਨਹੀਂ ਉਦਾਸ ਆ ਊੜੇ ਨੂੰ ਔਂਕੜ ਧੱਦੇ ਨੂੰ ਕੰਨਾ ਸਸਾ ਉਦਾਸ ਜੀ ਨਾ ਕਿ ਉਦਾਸ ਸੈਡ ਨਹੀਂ ਹਿੰਦੀ ਚ ਧ ਕਹਿ ਦਿੰਦੇ ਆ ਉਦਾਸ ਬਿਲਕੁਲ ਪੰਕਜ ਉਦਾਸ ਸਾਹਿਬ ਦੁਨੀਆ ਦੇ ਉਤੇ ਨਹੀਂ ਰਹੇ 72 ਸਾਲ ਦੀ ਉਮਰ ਦੇ ਵਿੱਚ ਗਏ ਆ ਗੁਜਰਾਤ ਵਾਲ ਦਾ ਪਿੱਛਾ ਸੀ ਇਹਨਾਂ ਦਾ ਇਹਨਾਂ ਦੇ ਭਰਾ ਵੀ ਸੰਗੀਤ ਖੇਤਰ ਦੇ ਵਿੱਚ ਸੀ ਤੇ ਜਿਹੜਾ ਬਾਪ ਆ ਉਹਨਾਂ ਨੂੰ ਵੀ ਸੰਗੀਤ ਵਾਦਨ ਦਾ ਸ਼ੌਕ ਸੀ ਜੀ ਇਹਨਾਂ ਦੀ ਪਹਿਲੀ ਗਜ਼ਲ ਆ ਜਿਹੜੀ ਚਿੱਠੀ ਆਈ ਹੈ ਹੂੰ ਉਹਨੇ ਸਿਰ ਲਾਤਾ ਸੀ ਜੀ ਉਸ ਤੋਂ ਬਾਅਦ ਬੜੇ ਹੀ ਗੀਤ ਇਹਨਾਂ ਦੇ ਬੜੀਆਂ ਗ਼ਜ਼ਲਾਂ ਇਹਨਾਂ ਦੀਆਂ ਬਾਕਮਾਲ ਹੋਣੀਆਂ ਬੜੀਆਂ ਇਹ ਕੈਂਸਰ ਤੋਂ ਪੀੜਤ ਸੀ ਹਸਪਤਾਲ ਚ ਦਾਖਲ ਸੀ ਤੇ ਦੁਨੀਆ ਤੋਂ ਚਲੇ ਗਏ ਆ ਪਦਮ ਸ਼੍ਰੀ ਪੁਰਸਕਾਰ ਇਹਨਾਂ ਨੂੰ ਮਿਲਿਆ 2006 ਦੇ ਵਿੱਚ ਜੀ ਔਰ ਟੈਣਾ ਸਾਹਿਬ ਮੈਂ ਪੜ੍ਹ ਰਹੀ ਸੀ ਕਹਿੰਦੇ ਸਭ ਤੋਂ ਪਹਿਲੀ ਕਮਾਈ ਜ਼ਿੰਦਗੀ ਦੀ 51 ਰੁਪਏ ਸੀ ਹੂੰ ਜਿਸ ਤੋਂ ਬਾਅਦ ਕਦੇ ਪਿੱਛੇ ਮੁੜ ਕੇ ਨਹੀਂ। اے ਮੇਰੇ ਵਤਨ ਕੇ ਲੋਗੋ। ਜੀ। ਜਰਾ ਅੱਖ ਮੇਂ ਬਰ ਲੋ ਪਾਣੀ ਲਤਾ ਮਗੇਸ਼ ਕਰਦਾ ਗਾਇਆ ਗੀਤ। ਜੀ। ਇਹਨਾਂ ਨੇ ਗਾਇਆ ਸੀ ਇੱਕ ਪ੍ਰੋਗਰਾਮ ਦੇ ਵਿੱਚ ਨਿੱਕੀ ਉਮਰ ਦੇ ਵਿੱਚ। ਔਰ ਉਸ ਵੇਲੇ ਭਾਰਤ ਤੇ ਚਾਈਨਾ ਦੀ ਜਿਹੜੀ ਜੰਗ ਆ ਉਹ ਲੱਗੀ ਹੋਈ ਸੀ ਔਰ ਉਸ ਵੇਲੇ ਇਹਨਾਂ ਨੇ ਉਹ ਗੀਤ ਇੱਕ ਸਮਾਗਮ ਦੇ ਵਿੱਚ ਗਾਇਆ ਸੀ। ਤੇ ਫਿਰ ਇਹ ਗੀਤ ਤੋਂ ਖੁਸ਼ ਹੋ ਕੇ ਇੱਕ ਵਿਅਕਤੀ ਨੇ 51 ਰੁਪਏ ਇਹਨਾਂ ਨੂੰ ਦਿੱਤੇ ਸੀ ਸਨਮਾਨ ਦੇ ਤੌਰ ਤੇ ਪਹਿਲੀ ਕਮਾਈ ਇਹ ਸੀ। ਹਮ। ਪਰ ਉਹਨਾਂ ਨੇ ਬਹੁਤ ਕਮਾਇਆ ਵੀ ਨਾਂ ਵੀ ਤੇ ਨਾਮਾ ਵੀ। ਕਮਾਲ। ਤੇ ਹੁਣ ਦੁਨੀਆ ਦੇ ਉਤੇ ਨਹੀਂ ਰਹੇ। ਜਿਹੜੇ ਉਹਨਾਂ ਦੇ ਪ੍ਰਸ਼ੰਸਕ ਰਿਸ਼ਭ ਉਹਨਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਆਂ ਜਾਣਾ ਸਭ ਨਹੀਂ ਆ ਪਰ ਇੰਓ ਲੱਗਦਾ ਵੀ ਆਪਾਂ ਮਿਲੇ ਨਹੀਂ ਕਦੇ ਪਰ ਉਹ ਲਾਦਾ ਆਪਣੇ ਨੇ ਇੰਓ ਲੱਗਦਾ ਆਪਣੇ ਆ ਪਰ ਤੇ ਜ਼ਰੂਰੀ ਵੀ ਨਹੀਂ ਕਿ ਸਾਰਿਆਂ ਨੂੰ ਮਿਲਿਆ ਜਾ ਸਕੇ ਕਿਉਂਕਿ ਜਿਹੜੇ ਵੱਡੇ ਲੋਕ ਹੁੰਦੇ ਉਹਨਾਂ ਦੇ ਆਪੋ ਆਪਣੇ ਰਜੇਵੇਂ ਹੁੰਦੇ ਆ ਬਿਲਕੁਲ ਉਹ ਸਭ ਨੂੰ ਮਿਲ ਵੀ ਨਹੀਂ ਸਕਦੇ ਪਰ ਉਹਨਾਂ ਦੀ ਕਲਾ ਕਮਾਲ ਸੱਚੀ ਮੁੱਚੀ ਕਮਾਲ ਔਰ ਉਹਨਾਂ ਦੀ ਕਲਾ ਰੈਂਦੀ ਦੁਨੀਆ ਤੱਕ ਰਹੂਗੀ ਇਹ ਇਹ ਗੱਲ ਦਾਵੇ ਨਾਲ ਕਹੀ ਜਾ ਸਕਦੀ ਇਹੋ ਜਿਹੜੇ ਮਹਾਨ ਲੋਕ ਹੁੰਦੇ ਨੇ ਨਾ ਟਾਣਾ ਸਾਹਿਬ ਉਹਨਾਂ ਦੀ ਜਿਹੜੀ ਵੀ ਕਲਾ ਦੇ ਨਾਲ ਉਹ ਜੁੜੇ ਹੋਏ ਹੋਣ ਉਹ ਚਾਹੇ ਇਨਸਾਨ ਧਰਤੀ ਤੋਂ ਚਲਾ ਜਾਂਦਾ ਹਰ ਇੱਕ ਨੇ ਜਾਣਾ ਕਿਸੇ ਨੇ ਇੱਥੇ ਨਹੀਂ ਰਹਿਣਾ ਪਰ ਕੀਤੇ ਹੋਏ ਕੰਮ ਸਦਾ ਚੇਤੇ ਕੀਤੇ ਜਾਂਦੇ ਨੇ ਹੈਨਾ ਉਹ ਮਹਿਕ ਜਿਹੜੀ ਆ ਉਹਨਾਂ ਦੇ ਕੰਮ ਦੀ ਮਹਿਕ ਉਹ ਸਦਾ ਹੀ ਹਵਾਵਾਂ ਦੇ ਵਿੱਚ ਰਹੂਗੀ ਬਹੁਤ ਮਹਾਨ ਸੀ ਉਹ ਬਹੁਤ ਸੋਹਣੇ ਗੀਤ ਵੀ ਉਹਨਾਂ ਨੇ ਗਾਏ ਬਹੁਤ ਸੋਹਣੀਆਂ ਗ਼ਜ਼ਲਾਂ ਵੀ ਉਹਨਾਂ ਨੇ ਗਾਈਆਂ ਔਰ ਬਿਲਕੁਲ ਸਹੀ ਤੇ ਆਪਾਂ ਹੁਣ ਤੱਕ ਨਾਲ ਸੱਜੇ ਸਾਡੇ ਜਾਣ ਦਾ ਹੋ ਗਿਆ ਜੇ ਵੇਲਾ ਆਪਣੀ ਪ੍ਰਤੀਕਿਰਿਆ ਜ਼ਰੂਰ ਸੱਟ ਤੇ ਪਹੁੰਚਾਓ ਦੋਵੰਦੇ ਇਜਾਜ਼ਤ ਫਿਰ ਮਿਲਾਂਗੇ ਸਤਿ ਸ਼੍ਰੀ ਅਕਾਲ ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਤੁਹਾਡੀ ਹਾਜ਼ਰ ਹੈ ਚੰਚੀ ਦਾ ਵੀ ਚਾ